ਠੀਕ ਪਾਸੇ ਬੰਦਾ ਕਦਮ ਪੁੱਟ ਲਵੇ, ਥੋੜ੍ਹਾ ਹੀ ਤੁਰ ਲਵੇ, ਮੰਜ਼ਿਲ ਦੇ ਨੇੜੇ ਜਾਏਗਾ। ਪਰ ਗਲਤ ਪਾਸੇ ਸਾਰੀ ਉਮਰ ਹੀ ਤੁਰਿਆ ਰਹੇ। ਘਰ ਤੋਂ ਆਏ ਹੋ ਅਤੇ ਘਰ ਨੂੰ ਜਾਣਾ ਹੈ, ਅਤੇ ਜਿਸ ਰਸਤੇ ਆਏ ਉਸੇ ਰਸਤੇ ਜਾਓਗੇ ਅਤੇ ਪਹੁੰਚੋਗੇ। ਦਿਸ਼ਾ ਗਲਤ ਹੋ ਗਈ, ਘਰ ਵੱਲ ਪਿੱਠ ਕਰਕੇ ਚੱਲ ਪਵੋ, ਸਾਰੀ ਧਰਤੀ ਦਾ ਚੱਕਰ ਲਗਾਉਣਾ ਪਵੇਗਾ ਤਾਂ ਘਰ ਪਹੁੰਚੋਗੇ। ਥੋੜ੍ਹਾ ਹੀ ਸਮਾਂ ਮਿਲ ਜਾਏ ਅਤੇ ਕੰਮ ਠੀਕ ਹੋਵੇ, ਬਹੁਤ ਕੁਛ ਹੋ ਸਕਦਾ ਹੈ। ਇੱਕ ਆਲਮ ਦਾ ਕਥਨ ਹੈ, 100 ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 2 ਬਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ। ਥੋੜ੍ਹਾ ਕੋਈ ਜੀ ਲਵੇ ਠੀਕ ਢੰਗ ਨਾਲ, ਹੌਕੇ ਭਰਦਿਆਂ ਹੀ ਬੰਦਾ ਉੱਠੇ ਅਤੇ ਹੌਕੇ ਭਰਦਾ ਸੌਂ ਜਾਵੇ, ਹਾਏ ਹਾਏ ਕਰਦਾ ਹੀ ਉੱਠੇ ਅਤੇ ਹਾਏ ਹਾਏ ਕਰਦਾ ਸੌਂ ਜਾਵੇ, ਉਹ ਕੀ ਜ਼ਿੰਦਗੀ ਹੈ। ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹਿਆ ਹੋਮੇ ਰੋਇਆ, ਮੇਰੀ ਮੇਰੀ ਕਰਤਵਯ ਹਾਵੈ। ਦੂਸਰੇ ਪਾਸੇ ਉੱਠਦਿਆਂ ਹੀ ਕੋਈ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ, ਮੈਂ ਕਿਹੜਾ ਬਿੱਲ ਦਿੱਤਾ ਸੀ, ਤੂੰ ਮੈਨੂੰ ਸਵਾਸ ਦਿੱਤੇ, ਜ਼ਿੰਦਗੀ ਦਿੱਤੀ, ਅੰਮ੍ਰਿਤ ਵੇਲਾ ਦਿੱਤਾ, ਔਰ ਯਾਦ ਦਿੱਤੀ, ਮੈਂ ਉੱਠਿਆ ਅੱਖ ਖੋਲ੍ਹੀ ਅਤੇ ਤੇਰੀ ਯਾਦ ਆਈ। ਮਨੋਵਿਗਿਆਨ ਦਾ ਇੱਕ ਗੁਰ ਹੈ, ਔਰ ਉਹ ਚੰਗਾ ਹੋਵੇ ਅੱਜ ਹੀ ਅਜ਼ਮਾ ਕੇ ਵੇਖ ਲੈਣਾ ਕਿ ਠੀਕ ਹੈ ਜਾਂ ਗਲਤ ਹੈ। ਜਿਹੜਾ ਤੁਹਾਡਾ ਆਖਰੀ ਖਿਆਲ ਸੌਣ ਲੱਗਿਆ ਹੋਵੇਗਾ, ਜਦੋਂ ਉੱਠੋਗੇ ਅੱਖ ਖੁੱਲੋਗੇ ਪਹਿਲਾ ਖਿਆਲ ਉਹੀ ਹੋਵੇਗਾ। ਲੈ ਕੇ ਜਿਹੜਾ ਆਖਰੀ ਵਿਚਾਰ ਸੌਂਗਾ, ਅੰਤਮ ਵਿਚਾਰ, ਪ੍ਰਥਮ ਵਿਚਾਰ ਪਹਿਲਾਂ ਉਹੀ ਹੋਵੇਗਾ। ਚਿੰਤਾ ਲੈ ਕੇ ਸੌਂਗਾ ਅਤੇ ਚਿੰਤਾ ਲੈ ਕੇ ਉੱਠਾਂਗੇ, ਕਿਸੇ ਨਾਲ ਈਰਖਾ ਲੈ ਕੇ ਸੌਂਗਾ ਈਰਖਾ ਲੈ ਕੇ ਉੱਠਾਂਗੇ। ਪਰ ਜੇ ਰੱਬ ਨੂੰ ਯਾਦ ਕਰਦਿਆਂ ਸੌਂਗਾ, ਬਾਣੀ ਪੜ੍ਹਦਿਆਂ ਸੌਂਗਾ ਅਤੇ ਰੱਬ ਰੱਬ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਉੱਠੋਗੇ। 16 ਸਤਿਗੁਰਾਂ ਕਿਉਂ ਆਖਿਆ ਪੜ੍ਹ ਕੇ ਸੌਂ, ਘੱਟੋ ਘੱਟ ਹੰਕਾਰ ਦੀ ਜੜ ਮੁਕਾ ਕੇ ਸਮੋ, ਕਿ ਨਾਨਕ ਦਾਸ ਹੈ ਸੁਖ ਮੰਗੈ, ਮੁਕੋ ਕਰ ਸੰਤਨ ਕੇ ਤੋਰ, ਸਿੱਖੈ ਬਾਣੀ ਨਾਲ ਜੁੜ ਕੇ ਸਮੋ ਅਤੇ ਬਾਣੀ ਨਾਲ ਜੁੜ ਕੇ ਉੱਠ। ਸਿੱਖ ਧਰਮ ਹੈ ਯਾਦ ਰੱਖਣਾ, ਕਿਸੇ ਜਪ ਤਪ ਦਾ, ਕਠਨ ਪ੍ਰਤੀਕਸ਼ਾ ਦਾ, ਦਾਨ ਦਾ ਜਾਂ ਐਸਾ ਇਹ ਧਰਮ ਨਹੀਂ। ਇਹ ਧਰਮ ਹੈ ਸਦਕੇ ਹੋਣ ਦਾ, ਕੁਰਬਾਨ ਹੋਣ ਦਾ। ਗੁਰੂ ਨਾਨਕ ਦੇਵ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ। ਹੁਣ ਆਪਣੇ ਧਰਮ ਨੂੰ ਸਮਝਣਾ ਇਹ ਬੜਾ ਜ਼ਰੂਰੀ ਹੈ। ਜਿਸ ਧਰਮ ਨੂੰ ਮੈਂ ਜੀ ਰਿਹਾ ਉਹਦੇ ਸਿਧਾਂਤ ਕੀ ਨੇ? ਵੇਖੋ, ਸ੍ਰੀ ਰਾਗ ਦਾ ਸ਼ਬਦ ਪਹਿਲਾਂ ਪੜ੍ਹਨਾ, ਉਹ ਕਹਿੰਦੇ ਨੇ ਇੱਕ ਪਾਸੇ ਮੋਤੀਆਂ ਦੇ ਮੰਦਰ ਉਸਰੇ ਹੋਣ, ਰਤਨਾਂ ਨਾਲ ਜੜੇ ਹੋਣ, ਸੁੰਦਰ ਸਭ ਤੋਂ ਸੁੰਦਰ ਇਸਤਰੀ ਘਰ 'ਚ ਹੋਵੇ, ਰਿਧੀਆਂ ਸਿੱਧੀਆਂ ਹੋਣ, ਰਾਜਗੱਦੀ ਹੋਵੇ। ਮੈਂ ਇਹ ਕਬੂਲ ਕਰਾਂ ਕਿ ਜਾਂ ਇੱਕ ਪਾਸੇ ਤੇਰਾ ਨਾਮ ਹੋਵੇ, ਉਹ ਪਤਾ ਉਹਨਾਂ ਕੀ ਕਿਹਾ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾ, ਇਹ ਨਹੀਂ ਕਿਹਾ ਪਰਿਵਾਰ ਸੋਹਣਾ ਨਾ, ਇਹ ਨਹੀਂ ਕਿਹਾ ਘਰ ਸੋਹਣਾ, ਗੁਰੂ ਦੇ ਘਰ ਨੂੰ ਸੋਨਾ ਲੱਗਾ ਤੁਹਾਡੇ ਘਰ ਸੁੰਦਰ ਕਿਉਂ ਨਾ ਹੋ, ਘਰ ਸੋਹਣੇ ਹੋਣ, ਰਾਜ ਸੱਤਾ ਕੋਲ ਹੋਵੇ, ਬਰਕਤਾਂ ਹੋਣ, ਪਰ ਦੇਣ ਵਾਲਾ ਨਾ ਭੁੱਲੇ, ਉਹ ਯਾਦ ਰਹੇ।
ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨੰਕਾ। ਇੱਥੇ ਭਾਵੇਂ ਹੋਵੇ 5 ਸਾਲ ਦਾ ਬੱਚਾ ਅਤੇ ਭਾਵੇਂ ਹੋਵੇ 95 ਸਾਲ ਦਾ ਬਜ਼ੁਰਗ, ਇੱਕ ਗੱਲ ਯਾਦ ਰੱਖਣੀ, ਜਿਹੜਾ ਬੰਦਾ ਮਾਇਆ ਦੇ ਪ੍ਰਭਾਵ ਥੱਲੇ ਆ ਜਾਏ, ਜਿਹੜਾ ਮੌਤ ਤੋਂ ਡਰ ਜਾਏ, ਦੁਨੀਆਂ ਕੋਲੋਂ ਡਰੇ ਔਰ ਭੈ ਖਾਵੇ ਕਿ ਕਿਤੇ ਮੇਰਾ ਲਾਭ ਹੋਣਾ ਸੀ ਨੁਕਸਾਨ ਨਾ ਹੋ ਜਾਏ। ਇੱਕ ਫਾਰਸੀ ਦੇ ਆਲਮ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਆਕਾਸ਼ ਦਾ ਸੀਨਾ ਫਟਦਾ ਜਦੋਂ ਸੱਚ ਕਹਿਣ ਵਾਲਾ ਅਮੀਰਾਂ ਦਾ ਮੁਹਤਾਜ ਹੋ ਜਾਂਦਾ, ਸੱਚ ਕਹਿ ਨਹੀਂ ਸਕਦਾ। ਸੀਨਾ ਅਫਲਾਕ ਸੇ ਉੱਠਤੀ ਹੈ ਆਹੇ ਸੋਜ ਨਾਕ, ਮਰਦੇ ਹੱਕ ਹੋਤਾ ਹੈ ਜਬ ਮਰੂਬ ਸੁਲਤਾਨੋ ਅਮੀਰ। ਸੱਚ ਵਾਲੇ ਪਾਸੇ ਖਲੋ ਸਕੇ ਜੋ ਅੰਦਰੋਂ ਆਇਆ, ਤੁਹਾਨੂੰ ਬੇਨਤੀ ਕਰਾਂ, ਸ਼ਬਦ ਬ੍ਰਹਮ ਹਰ ਇੱਕ ਦੇ ਅੰਦਰ ਸਭ ਦੇ, ਗੁਰੂ ਕੀਆਂ ਬੱਚੀਆਂ ਜਿੰਨੀਆਂ ਬੈਠੇ ਰੱਬ ਤੇ ਬੋਲਣਾ ਚਾਹੁੰਦਾ, ਲੇਕਿਨ ਸਾਡੀ ਹਉਮੈ ਅੱਗੇ ਆ ਜਾਂਦੀ ਹੈ। ਗੁਰੂ ਨਾਨਕ ਦੇਵ ਜਦੋਂ ਬੋਲਦੇ ਨੇ ਅੰਦਰੋਂ ਰੱਬ ਹੀ ਬੋਲਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ। ਧੰਨ ਗੁਰੂ ਹਰਕਿਸ਼ਨ ਸਾਹਿਬ, ਪ੍ਰਕਾਸ਼ ਹੋਇਆ ਸ਼ੀਸ਼ ਮਹਲ ਕੀਰਤਪੁਰ ਸਾਹਿਬ। ਇਹ ਕੀਰਤਪੁਰ ਵਸਾਇਆ ਸੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨਾਲ, ਪਹਾੜੀ ਰਾਜੇ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਕਰਵਾਏ ਸਨ। ਸ਼ਾਹਜਹਾਨ ਜਦੋਂ ਬਾਦਸ਼ਾਹ ਬਣਿਆ ਤਾਂ ਉਹ ਸਲਾਮੀ ਦੇਣ ਗਏ ਲਾਹੌਰ, ਕਹਿਣ ਲੱਗੇ ਉਹਨੂੰ ਤਾਂ ਸਲਾਮੀ ਦੇ ਦਿੱਤੀ, ਪਰ ਜਿਸ ਸੱਚੇ ਪਾਤਸ਼ਾਹ ਬੰਦੀ ਛੋੜ ਨੇ ਸਾਡੀ ਜਾਨ ਬਚਾਈ, ਸਾਨੂੰ ਗਵਾਲੀਅਰ 'ਚੋਂ ਰਿਹਾ ਕਰਵਾਇਆ, ਨਹੀਂ ਤਾਂ ਅੱਜ ਜ਼ਿੰਦਾ ਨਾ ਹੁੰਦੇ। ਉਹਨੂੰ ਮੱਥਾ ਟੇਕ ਛੱਡ ਕੇ ਆਏ। ਉਹਨਾਂ ਨੇ ਸਤਿਗੁਰਾਂ ਨੂੰ ਕਿਹਾ, ਤੁਸੀਂ ਸ਼ਾਹਰਾਹ 'ਤੇ ਬੈਠੇ ਹੋ ਅਤੇ ਫੌਜਾਂ ਵੀ ਰੱਖੀਆਂ, ਜੰਗ ਜੁੱਤ 'ਤੇ ਟਲਣੇ ਨਹੀਂ, ਅਤੇ ਚੰਗਾ ਹੋਵੇ ਇੱਕ ਪਹਾੜੀ ਇਲਾਕੇ ਵਿੱਚ ਕੋਈ ਸਥਾਨ ਐਸਾ ਬਣ ਜਾਏ। ਸਤਿਗੁਰਾਂ ਕਿਹਾ ਠੀਕ, ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਸੀ ਵੱਡੇ ਪੁੱਤਰ ਨੂੰ, ਇਹ ਅਸਥਾਨ ਕੀਰਤਪੁਰ ਸਾਹਿਬ ਬਣੇ, ਬੜੀ ਮਹਾਨਤਾ ਇਸ ਸਥਾਨ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ, ਇੱਥੇ ਹੀ ਰਾਮ ਰਾਏ ਦਾ ਜਨਮ ਹੋਇਆ, ਇਸੇ ਥਾਂ 'ਤੇ ਸਾਹਿਬ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਹੁਣ ਕਮਾਲ ਗੱਲ ਇਹ ਹੈ, ਛੋਟੀਆਂ ਛੋਟੀਆਂ ਗੱਲਾਂ ਨੇ, ਅਰਥ ਬਹੁਤ ਵੱਡਾ ਹੈ। ਜਿਹੜਾ ਨਾਂ ਹੈ ਨਾ ਹਰਕਿਸ਼ਨ, ਹੈਰਾਨ ਹੋਵੋਗੇ ਸੁਣ ਕੇ, ਅੱਧਾ ਮਾਂ ਵੱਲੋਂ ਮਿਲਿਆ ਅਤੇ ਅੱਧਾ ਪਿਤਾ ਵੱਲੋਂ ਅਤੇ ਜੁੜ ਕੇ ਬਣੇ। ਅੱਧਾ ਨਾਂ ਮਾਂ ਦਾ, ਅੱਧਾ ਬਾਪ ਦਾ, ਕਿਉਂਕਿ ਮਾਤਾ ਦਾ ਨਾਂ ਸੀ ਕਿਸ਼ਨ ਕੌਰ ਅਤੇ ਪਿਤਾ ਜੀ ਦਾ ਨਾਂ ਸੀ ਹਰ ਰਾਏ, ਅਤੇ ਦੋਵਾਂ ਦਾ ਹਰ ਉੱਧਰੋਂ ਮਿਲ ਗਿਆ, ਕ੍ਰਿਸ਼ਨ ਮਾਤਾ ਵੱਲੋਂ ਮਿਲ ਗਿਆ, ਜੁੜ ਕੇ ਨਾਂ ਰੱਖਿਆ ਗਿਆ ਹਰ ਕਿਸ਼ਨ। ਇੰਨੇ ਜੁੜਦੇ ਸਨ, ਇੰਨੇ ਜੁੜਦੇ ਸਨ ਕਿ ਵੇਖਣ ਵਾਲੇ ਕਹਿੰਦੇ ਸਨ ਇਹਨਾਂ 'ਚ ਇੰਨੀ ਸ਼ਕਤੀ ਹੈ, ਜਦੋਂ ਇਹ ਬਾਣੀ ਪੜ੍ਹਦੇ ਨੇ ਜਿਸ ਦਾ ਮਨ ਕਦੀ ਨਹੀਂ ਟਿਕਿਆ ਉਸ ਦਾ ਵੀ ਟਿਕ ਜਾਂਦਾ। ਤੁਸੀਂ ਸੱਤਾ ਬਲਵੰਡ ਜੀ ਦੀ ਵਾਰ ਪੜ੍ਹੋ, ਉਹ ਕਹਿੰਦੇ ਨੇ ਮਨ ਨਹੀਂ ਸੀ ਟਿਕਦਾ, ਬੜੇ ਭਟਕੇ ਆ, ਪਰ ਧੰਨ ਗੁਰੂ ਰਾਮਦਾਸ ਤੁਹਾਡੇ ਦੀਦਾਰ ਕੀਤੇ ਮਨ ਟਿਕ ਗਿਆ। ਉਹ ਪੰਕਤੀ ਹੈ, ਗੁਰ ਡਿੱਠਾ ਤਾਂ ਮਨ ਸਾਧਾਰੇ। ਮੈਂ ਗੱਲ ਉਹ ਕਹਾਂ ਜੋ ਸਾਡੇ ਸਾਰਿਆਂ 'ਚ ਹੁਣ ਵੀ ਵਰਤ ਰਹੀ ਹੈ, ਉਹ ਕੀ, ਅਸੀਂ ਬੈਠੇ ਹਾਂ ਅਤੇ ਸਾਡੇ ਖਿਆਲੀ ਵਾਈਬਰੇਸ਼ਨ ਮਹਿਸੂਸ ਹੋਣ ਨਾ ਹੋਣ ਅਸਰ ਕਰ ਰਿਹਾ, ਔਰ ਬਹੁਤ ਜ਼ਿਆਦਾ ਅਸਰ ਕਰਦੇ ਨੇ। ਜਿਹੜਾ ਸਥੂਲ ਹੈ ਦਿਸਦਾ ਹੈ ਇੰਨਾ ਸ਼ਕਤੀਸ਼ਾਲੀ ਨਹੀਂ ਜਿੰਨਾ ਸੂਖਸ਼ਮ ਹੈ, ਆਕਾਰ ਜਿੰਨਾ ਬਣਿਆ ਪਰਮਾਤਮਾ ਤੋਂ ਬਣਿਆ, ਪਰਮਾਤਮਾ ਸੂਖਸ਼ਮ ਹੈ, ਕਿਸੇ ਪਕੜ ਵਿੱਚ ਨਹੀਂ ਆਉਂਦਾ, ਸਰੀਰ 'ਤੇ ਪਕੜ 'ਚ ਆਉਂਦਾ, ਆਤਮਾ ਨਹੀਂ ਆਉਂਦੀ। ਹੁਣ ਤਨ 'ਤੇ ਮੇਰਾ ਦਿਸਦਾ, ਮਨ ਨਹੀਂ ਦਿਸਦਾ,
ਸੂਖਸ਼ਮ ਹੈ। ਇੱਕ ਬੰਦਾ ਉਦਾਸ ਬੈਠਾ ਹੋਵੇ, ਕਦੀ ਮਹਿਸੂਸ ਕੀਤਾ ਹੋਵੇਗਾ, ਅਸੀਂ ਬੜੇ ਆਨੰਦਿਤ ਹੁੰਦੇ ਹਾਂ, ਖੁਸ਼ ਹੁੰਦੇ ਹਾਂ, ਅਚਾਨਕ ਉਦਾਸ ਹੋ ਜਾਂਦੇ, ਉਸ ਬੰਦੇ ਕੋਲ ਜਾ ਬੈਠੇ ਜਿਹੜਾ ਬੜੇ ਦੁਖੀ ਸੀ, ਉਦਾਸ ਸੀ, ਉਹਦੇ ਖਿਆਲੀ ਵਾਈਬ੍ਰੇਸ਼ਨ ਦਾ ਅਸਰ ਹੋ ਗਿਆ। ਇੱਕ ਟਿਕਿਆ ਹੋਵੇ, ਮਨ ਉਚਾਟ ਵੀ ਹੋਵੇ ਤੇ ਕੋਲ ਬੈਠੇ ਮਨ ਟਿਕ ਜਾਂਦਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਮਨ ਇੰਨਾ ਟਿਕਿਆ ਸੀ, ਜਿਹੜਾ ਕੋਲ ਬੈਠਦਾ ਸੀ ਉਸਦਾ ਵੀ ਮਨ ਟਿਕ ਜਾਂਦਾ ਸੀ। ਬਾਣੀ ਪੜ੍ਹਦੇ ਸਨ, ਕਹਿੰਦੇ ਲੱਕੜੀ ਵੀ ਮੋਮ ਹੋ ਜਾਂਦੀ ਸੀ, ਇਤਿਹਾਸ ਵਿੱਚ ਐਸਾ ਲਿਖਿਆ। ਵੱਡੇ ਪੁੱਤਰ ਨੂੰ ਰਾਮ ਰਾਏ ਨੂੰ 14 ਸਾਲ ਦੀ ਉਮਰ ਇਸਦੀ ਹੋ ਗਈ। ਗੁਰੂ ਹਰਰਾਜ ਸਾਹਿਬ ਵੀ ਜਦੋਂ ਗੁਰੂ ਬਣੇ ਨੇ ਉਮਰ 14 ਸਾਲ ਦੀ ਸੀ। 14 ਸਾਲ ਦੀ ਉਮਰ ਦਾ ਵਿਦਵਾਨ, ਪੜ੍ਹਿਆ ਲਿਖਿਆ, ਬਾਣੀ ਨੂੰ ਸਮਝਣ ਵਾਲਾ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਬੁਲਾਇਆ, ਕਿਉਂ ਗੁਰੂ ਹਰਰਾਜ ਸਿੰਘ ਨੂੰ? ਉਸਦਾ ਕਾਰਨ ਸੀ, ਦਾਰਾ ਸ਼ਿਕੋਹ ਨੂੰ ਸ਼ਾਹਜਹਾਨ ਨੇ ਰਾਜਗੱਦੀ ਦੇ ਦਿੱਤੀ ਸੀ, ਇਤਿਹਾਸ ਸਾਰੇ ਜਾਣਦੇ ਹੋ। ਲੇਕਿਨ ਔਰੰਗਜ਼ੇਬ ਨੇ ਬਗਾਵਤ ਕਰ ਦਿੱਤੀ, ਜੰਗ ਹੋਈ, ਦਾਰਾ ਹਾਰ ਗਿਆ, ਫੜਿਆ ਗਿਆ, ਮਾਰਿਆ ਗਿਆ। ਇਹ ਵੀ ਸ਼ਿਕਾਇਤ ਹੋਈ ਸੀ, ਜਿਵੇਂ ਖੁਸਰੋ ਵੇਲੇ ਜਹਾਂਗੀਰ ਕੋਲ ਹੋਈ ਕਿ ਗੁਰੂ ਅਰਜਨ ਦੇਵ ਨੇ ਸਹਾਇਤਾ ਦਿੱਤੀ ਕਿ ਗੁਰੂ ਹਰਰਾਜ ਸਾਹਿਬ ਨੇ ਸਹਾਇਤਾ ਕੀਤੀ। ਗੁਰੂ ਸਾਹਿਬ ਨੂੰ ਬੁਲਾਇਆ ਗਿਆ, ਆਪ ਨਹੀਂ ਆਏ, ਰਾਮ ਰਾਏ ਨੂੰ ਭੇਜਿਆ, ਕਿਹਾ ਗੁਰਮਤ ਦੀ ਗੱਲ ਕਰਨੀ। ਸਾਹ ਕੀ ਪ੍ਰਸਿੱਧ ਹੈ, ਸੈਂਕੜੇ ਨਹੀਂ ਹਜ਼ਾਰਾਂ ਵਾਰੀ ਤੁਸੀਂ ਸੁਣੀ ਹੈ। ਰਾਮ ਰਾਏ ਜੇ ਤਿੱਥੇ ਰਹਿੰਦਾ, ਮੈਂ ਵੇਖਿਆ ਇੱਕ ਮਿੱਤਰ ਹੈ ਜੱਜ, ਉਹਨੇ ਗੱਲ ਬੜੀ ਸੁੰਦਰ ਕਹੀ, ਕਹਿਣ ਲੱਗਾ ਕੋ ਕੇਸ ਉਲਝ ਜਾਏ ਨਾ, ਸਮਝ ਵਿੱਚ ਨਾ ਆਏ। ਅਤੇ ਅਸੀਂ ਪੁਰਾਣਾ ਰਿਕਾਰਡ ਕੱਢ ਕੇ ਵੇਖਦੇ ਹਾਂ ਕਿ ਕੋਈ ਕੇਸ ਐਸਾ ਆਇਆ ਹੋਵੇ ਮੇਰੇ ਤੋਂ ਪਹਿਲੇ ਜੱਜ ਨੇ ਕੀ ਫੈਸਲਾ ਦਿੱਤਾ। ਜੇ ਕਿਤੇ ਇਤਿਹਾਸ ਵੇਖ ਲੈਂਦਾ ਕਿ ਜੋ ਕੁਝ ਪੁੱਛਿਆ ਅੱਜ ਔਰੰਗਜ਼ੇਬ ਨੇ, ਇਹ ਤਾਂ ਪੁੱਛਿਆ ਸੀ ਮੱਕੇ ਵਿੱਚ, ਹਾਜੀਆਂ ਵੀ ਪੁੱਛਿਆ ਸੀ। ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਏ। ਜੇ ਪੁੱਛਿਆ ਸੀ ਕਿ ਸਾਡਾ ਧਰਮ ਤੇ ਕਹਿੰਦਾ ਕਿ ਸਾਰੇ ਮੁਰਦੇ ਕਿਆਮਤ ਵਾਲੇ ਦਿਨ ਉੱਠ ਪੈਣਗੇ, ਇੱਕ ਫਰਿਸ਼ਤਾ ਆਏਗਾ ਉਹਦਾ ਨਾਂ ਇਸਰਾਫੀਲ, ਉਹ ਵਾਜਾ ਵਜਾਏਗਾ, ਕਬਰਾਂ ਫਟ ਜਾਣਗੀਆਂ, ਹਿਸਾਬ ਹੋਏਗਾ। ਜਿਹੜੇ ਸੱਚੇ ਮੁਸਲਮਾਨ ਨੇ ਬਹਿਸ਼ਤ ਵਿੱਚ, ਬਾਕੀ ਦੋਜ਼ਖ ਵਿੱਚ ਜਾਣਗੇ। ਪਰ ਇਹ ਜਿਹੜਾ ਜਲਾਉਣ ਦੀ ਗੱਲ ਕੀਤੀ ਗੁਰੂ ਸਾਹਿਬ ਜੀ ਨੇ, ਇਹ ਕੀ ਗੱਲ ਹੋਈ? ਅਸਲ 'ਚ ਕਹਿਣਾ ਚਾਹੀਦਾ ਸੀ ਕਿ ਔਰੰਗਜ਼ੇਬ, ਸਿੱਖ ਧਰਮ ਇਹ ਕਹਿੰਦਾ ਅਮਲਾਂ 'ਤੇ ਨਿਬੇੜੇ ਹੋਣੇ ਨੇ, ਨਾ ਦੱਬਣ ਨਾਲ ਕੋਈ ਮੁਕਤ ਹੋਣਾ, ਨਾ ਸਾੜਨ ਨਾਲ, ਨਾ ਜਲ ਪ੍ਰਵਾਹ ਕਰਨ ਨਾਲ, ਨਾ ਕੁੱਤਿਆਂ ਅੱਗੇ ਪਾਉਣ ਨਾਲ। ਕੁੱਤਿਆਂ ਅੱਗੇ ਵੀ ਪਾਉਂਦੇ ਨੇ ਪਾਰਸੀ, ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟੀਏ, ਇੱਕ ਵੀ ਫਿਰ ਹਸਨ ਪਾਏ, ਨਾਨਕ ਹੁਕਮ ਨਾ ਜਾਪਾਈ ਕਿੱਥੇ ਜਾ ਸਮਾਏ। ਉਹਨਾਂ ਕਿਹਾ ਇਹਨੂੰ ਕਹਿਣਾ ਚਾਹੀਦਾ ਸੀ ਕਿ ਮੁਕਤ ਹੋਣਾ ਜਿਉਂਦੇ, ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਹਲਾ। ਪਰ ਨਹੀਂ, ਖੁਸ਼ਾਮਦ ਵਿੱਚ ਆ ਗਿਆ ਕਿ ਜਿਹੜਾ ਅਸਰ ਸੁਖ ਬਣਿਆ ਔਰੰਗਜ਼ੇਬ ਦੇ ਨੇੜੇ ਹੋਇਆ, ਪ੍ਰਭਾਵ ਪਿਆ, ਕਿਤੇ ਦੂਰ ਨਾ ਹੋ ਜਾਵਾਂ। ਗੁਰੂ ਨਾਨਕ ਦੇਵ ਦਾ ਪੱਲਾ ਛੱਡ ਦਿੱਤਾ, ਔਰੰਗਜ਼ੇਬ ਦਾ ਪੱਲਾ ਫੜ ਲਿਆ, ਗੁਰੂ ਨਾਨਕ ਦੇਵ ਦੇ ਬੇੜੇ ਵਿੱਚੋਂ ਉਤਰ ਗਿਆ।
ਔਰ ਰਾਮ ਰਾਏ ਔਰੰਗਜ਼ੇਬ ਦੇ ਬੇੜੇ 'ਚ ਬੈਠ ਗਿਆ। ਇਹ ਬੇੜਾ ਜ਼ਰਦਰ ਹੈ। ਕਬੀਰ ਸਾਹਿਬ ਦਾ ਬਚਨ ਕਿਤੇ ਯਾਦ ਹੁੰਦਾ, ਮਾਇਆ ਦਾ ਬੇੜਾ ਡੁੱਬ ਜਾਣ ਵਾਲਾ। ਛੋਟੀ ਜਿਹੀ ਕਥਾ ਯਾਦ ਆਈ, ਆਪ ਨੂੰ ਸੁਣਾਵਾਂ। ਇੱਕ ਬੇੜੀ ਜਾ ਰਹੇ ਸੀ, ਬੈਠ ਰਹੇ ਸਨ ਲੋਕ, ਅਤੇ ਇੱਕ ਸੱਜਣ ਨੇ, ਬੜਾ ਸਿਆਣਾ ਸੀ, ਬੱਚੇ ਨੂੰ ਕਹਿਣ ਲੱਗਾ, ਬੇਟਾ ਉਤਰਿਆ, ਇਹ ਬੇੜੀ ਡੁੱਬ ਜਾਣੀ ਹੈ, ਇਹ ਬੇੜੀ ਪਾਰ ਨਹੀਂ ਲੱਗਣੀ। ਕਹਿਣ ਲੱਗਾ, ਪਿਤਾ ਜੀ ਤੁਸੀਂ ਕੋਈ ਜੋਤਸ਼ੀ ਹੋ? ਕਹਿਣ ਲੱਗਾ, ਜੋਤਸ਼ੀ ਨਹੀਂ, ਪਰ ਮੈਂ ਵੇਖ ਲਿਆ ਬੇੜੀ ਡੁੱਬੇਗੀ, ਉਤਰਿਆ, ਅੱਧ 'ਚ ਗਈ ਬੇੜੀ, ਡੁੱਬ ਗਈ। ਕਹਿਣ ਲੱਗਾ, ਪਿਤਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿਣ ਲੱਗਾ, ਬੇਟਾ ਉਸਨੇ 5 ਘੋੜੇ ਵੀ ਬਿਠਾਏ ਸਨ, ਮੈਂ ਵੇਖਿਆ ਬੇੜੀ 'ਚ, ਉਹ ਇੱਕ ਕਲੰਦਰ ਵੀ ਬੈਠਾ ਸੀ। ਬੰਦੇ ਤਾਂ ਹੈ ਸਨ, ਘੋੜੇ ਵੀ ਸਨ, ਬੇੜੀਆਂ ਜਾਂਦੇ ਸਨ ਪਸ਼ੂ ਵੀ ਪਾਰ, ਔਰ ਇੱਕ ਬਾਂਦਰ ਵੀ ਹੈ। ਅਤੇ ਮੈਂ ਸੋਚਿਆ ਬਾਂਦਰ ਨੇ ਚੈਨ ਨਾਲ ਬਹਿਣਾ ਨਹੀਂ, ਜੇ ਹੱਥੋਂ ਨਿਕਲ ਗਿਆ ਤਾਂ ਘੋੜੇ ਮਚਲ ਜਾਣੇ ਨੇ, ਬੇੜੀ ਡੁੱਬ ਜਾਣੀ। ਉਹ ਗੱਲ ਹੋਈ। ਇਹ ਅਧਿਆਤਮਵਾਦੀਆਂ ਕਥਾ ਤਾਂ ਸੁਣਾਈ, ਉਹ ਕਹਿੰਦੇ ਨੇ ਮਨ ਬਾਂਦਰ, ਅਤੇ 5 ਘੋੜੇ ਨੇ ਸਾਡੇ ਗਿਆਨ ਇੰਦਰੇ, ਅੱਖਾਂ ਵਗੈਰਾ, ਕੰਨ। ਮਨ ਜਦੋਂ ਮਚਲ ਜਾਂਦਾ ਤਾਂ ਇਹ ਵੀ ਉਸ ਵੇਲੇ ਬੇਕਾਬੂ ਹੋ ਜਾਂਦੇ ਨੇ, ਜੀਵਨ ਦੀ ਬੇੜੀ ਗਰਕ ਹੋ ਜਾਂਦੀ। ਰਾਜ ਦਰਬਾਰ ਦੇ ਨਜ਼ਾਰੇ ਵੇਖੇ, ਸਲਾਮਾਂ ਹੁੰਦੀਆਂ ਵੇਖੀਆਂ, ਬਾਦਸ਼ਾਹ ਕਿਵੇਂ ਜੰਗੀਰਾਂ ਦੇ ਰਿਹਾ ਜਾਂ ਕਿਵੇਂ ਸਜ਼ਾ ਦੇ ਰਿਹਾ। ਰਾਮ ਰਾਏ ਦਾ ਮਨ ਡੋਲ ਗਿਆ, ਮਨ ਡੋਲਿਆ, ਗੁਰੂ ਦਾ ਸਿਧਾਂਤ ਛੱਡ ਬੈਠਾ। ਉਹ ਸਿੱਖ ਬੜੇ ਚੰਗੇ ਸਨ, ਉਹਨਾਂ ਨੂੰ ਉਹ ਗੱਲ ਯਾਦ ਸੀ ਕਿ ਗੁਰੂ ਨੇ ਕਿਹਾ ਮੇਰਾ ਪੁੱਤਰ ਕੌਣ ਹੈ, ਮੇਰਾ ਭਰਾ ਕੌਣ ਹੈ, ਮੇਰਾ ਰਿਸ਼ਤੇਦਾਰ ਕੌਣ ਹੈ, ਜਿਹੜਾ ਮੇਰੇ ਘਰ ਜੰਮਿਆ ਉਹ ਵੀ ਮੇਰਾ ਪੁੱਤਰ ਨਹੀਂ, ਜੇਕਰ ਉਹ ਰਜ਼ਾ ਵਿੱਚ ਨਹੀਂ, ਪਾਣੀ ਵਿੱਚ ਨਹੀਂ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਸਿੱਖ ਸਾਥ ਛੱਡ ਕੇ ਦਿੱਲੀਓਂ ਚਲੇ ਗਏ, ਕੀਰਤਪੁਰ ਸਾਹਿਬ ਜਾ ਕੇ ਦੱਸ ਦਿੱਤਾ। ਰਾਮ ਰਾਏ ਜਿੱਥੇ ਨਹੀਂ ਖਲੋ ਸਕਿਆ, ਗੁਰੂ ਹਰਕ੍ਰਿਸ਼ਨ ਸਾਹਿਬ ਖਲੋ ਗਏ। ਹੁਣ ਸਵਾਲ ਉਮਰ ਦਾ ਨਹੀਂ, ਇੱਕ ਗੱਲ ਯਾਦ ਰੱਖਣੀ, ਭੁਲੇਖਾ ਨਾ ਕਿਤੇ ਖਾਣਾ। ਸ਼ੇਖ ਸਾਧੀ ਨੇ ਗੱਲ ਕਹੀ ਸੀ, ਉਹ ਕਹਿੰਦਾ ਬਜ਼ੁਰਗੀ ਬਾ ਅਕਲ ਅਸਤ ਨਾ ਕਿ ਬਾ ਸਾਲ। ਬਜ਼ੁਰਗੀ ਅਕਲ ਨਾਲ ਹੁੰਦੀ ਹੈ, ਸਾਲ ਨਾਲ ਨਹੀਂ ਹੁੰਦੇ। ਬਜ਼ੁਰਗ ਬੁੱਢੇ 3 ਪ੍ਰਕਾਰ ਦੇ ਹੁੰਦੇ, ਜੇ ਇੱਕ ਤਾਂ ਉਹ ਮੋਢੇ ਗੋਢੇ ਗਏ ਅਤੇ ਉੱਠਿਆ ਜਾਏ ਨਾ ਵਿਚਾਰੇ ਕੋਲੋਂ ਵਿਸਾਖੀ ਫੜੀ ਹੋਵੇ, ਉਹਨੂੰ ਕਹਿੰਦੇ ਆ ਬੁੱਢਾ। ਦੂਸਰਾ ਬੁੱਢਾ ਉਹ ਭਾਵੇਂ ਛੋਟਾ ਹੀ ਹੋਵੇ, ਅਕਲ ਵਾਲਾ। ਤੀਸਰਾ ਬੁੱਢਾ ਉਹ ਜਿਸ ਦੀ ਬੰਦਗੀ ਇੰਨੀ ਕਿ ਰੱਬ ਵਰਗਾ, ਭਾਵੇਂ ਬੱਚਾ ਹੀ ਹੋਵੇ, ਛੋਟੀ ਉਮਰ ਹੀ ਹੋਵੇ। 12 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਦੀ, ਬੂੜੇ ਤੋਂ ਗੁਰੂ ਸਾਹਿਬ ਨੇ ਕਿਹਾ ਤੂੰ ਤੇ ਬੁੱਢਾ। ਗੱਲ ਪਤਾ ਕੀ ਕੀਤੀ ਸੀ, ਸਾਡੇ ਧਿਆਨ 'ਚ ਆਈ ਕਿ ਨਹੀਂ ਕਦੀ? ਉਹ ਕਹਿਣ ਲੱਗਾ ਪਾਤਸ਼ਾਹ ਮੌਤ ਤੇ ਅਵਾਸ਼ਾ। 12 ਸਾਲ ਦਾ ਬੱਚਾ ਕਹਿੰਦਾ ਮੌਤ ਤੇ ਅਵਾਸ਼ਾ ਆਉਣੀ ਹੈ, ਪਰ ਜਿਹੜੀ ਆਉਣੀ ਹੈ ਬੰਦਾ ਡਰਦਾ ਕਿਵੇਂ, ਮੌਤ ਦਾ ਭੈ ਕਿਵੇਂ ਮੁੱਕੇ। ਸਾਹਿਬ ਕਹਿਣ ਲੱਗੇ ਬਸ ਇੱਕ ਗੱਲ ਨਾਲ ਹੀ ਹੈ, ਕਬੂਲ ਕਰ ਲਓ ਭੈ ਮੁੱਕ ਜਾਏਗਾ, ਭੱਜਦੇ ਉਹ ਭੈ ਨਹੀਂ ਮੁੱਕਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੇ ਰੇਨਕਾ ਤੋ ਹਮਾਰੇ ਪਾਸ। ਕਬੂਲ ਕਰ ਲੈ ਕੇ ਮਰਨਾ ਤੇ ਫਿਰ ਮਰਨਾ, ਰੋਜ਼ ਯਾਦ ਕਰ ਰੱਬ ਵੀ ਯਾਦ ਆਏਗਾ, ਮੌਤ ਦਾ ਭੈ ਮੁੱਕ ਜਾਏਗਾ। ਉਹਨੂੰ ਕਿਹਾ ਬਾਬਾ ਬੁੱਢਾ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ 5.25 ਸਾਲ ਦੀ ਉਮਰ ਵਿੱਚ ਗੁਰਿਆਈ ਗੱਦੀ ਤੇ ਬਿਠਾ ਦਿੱਤਾ। ਸਵਾਲ ਸਰੀਰਾਂ ਦਾ ਨਹੀਂ, ਸਵਾਲ ਹੈ ਜੋਤ ਦਾ। ਵੇਖੋ ਤੁਹਾਨੂੰ ਇੱਕ ਬੇਨਤੀ ਕਰਾਂ,
ਦੀਵੇ ਛੋਟੇ ਛੋਟੇ ਵੀ ਮਿਲਦੇ ਨੇ, ਦੀਵੇ ਬਹੁਤ ਵੱਡੇ ਵੱਡੇ ਵੀ ਮਿਲਦੇ ਨੇ। ਬੁਝਿਆ ਦੀਵਾ ਹੋਵੇ, ਬਹੁਤ ਵੱਡਾ ਹੋਵੇ ਤੇ ਰੋਸ਼ਨੀ ਦੇਵੇਗਾ, ਬੁਝਿਆ ਦੀਵਾ ਤੇ ਨਹੀਂ ਦੇਵੇਗਾ। ਛੋਟਾ ਜਿਹਾ ਦੀਵਾ ਹੋਵੇ ਪਰ ਜਗਦਾ ਹੋਵੇ, ਉਸ ਤੋਂ ਤੁਸੀਂ ਕਰੋੜਾਂ ਦੀਵੇ ਜਗਾ ਲਓ। ਰਾਮ ਰਾਜ ਦਾ ਸਰੀਰ ਵੱਡਾ ਪਰ ਜੋਤ ਬੁਝ ਗਈ, ਬੁਝਿਆ ਦੀਵਾ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਜੋਤ ਜਗ ਗਈ। ਉਸ ਥਾਂ ਤੇ ਖਲੋ ਗਏ ਕਿ ਉਹ ਜੋਤ ਜਗਾ ਸਕਣ। ਹੁਣ ਉਹਨਾਂ ਦਾ ਇਤਿਹਾਸ ਕੁਝ ਪੜ੍ਹ ਕੇ ਤੁਸੀਂ ਵੇਖੋ। ਦਿੱਲੀਓ ਜਦੋਂ ਫੁਰਮਾਨ ਗਿਆ ਔਰ ਲੈ ਕੇ ਗਏ ਪਰਸਰਾਮ, ਦੀਵਾਨ ਪਰਸਰਾਮ, ਮਿਰਜ਼ਾ ਰਾਜਾ ਜੈ ਸਿੰਘ ਇਸਦਾ ਦੀਵਾਨ ਸੀ, ਗਿਆ ਰੱਥ ਲੈ ਕੇ ਚੇਚਾ ਗਿਆ। ਸਤਿਗੁਰਾਂ ਪ੍ਰਵਾਨ ਨਹੀਂ ਕੀਤਾ, ਤੁਹਾਡੇ ਰੱਥ 'ਤੇ ਨਹੀਂ ਬੈਠਣਾ। ਪਾਲਕੀ ਆਈ, ਪਾਲਕੀ 'ਤੇ ਬੈਠੇ, ਉਹਨਾਂ 'ਚ ਬੜੀਆਂ ਬਰਕਤਾਂ ਸਨ। ਛੋਟੇ ਦੀ ਗੱਲ ਨਹੀਂ, ਹੀਰਾ ਛੋਟਾ ਹੀ ਹੁੰਦਾ ਲੇਕਿਨ ਕੀਮਤ ਉਸਦੀ ਬਹੁਤ ਜ਼ਿਆਦਾ ਹੁੰਦੀ ਹੈ। ਪਾਰਸ ਛੋਟਾ ਹੀ ਹੋਵੇ, ਲੋਹੇ ਨੂੰ ਸੋਨਾ ਬਣਾਈ ਜਾਂਦਾ। ਬਰਕਤਾਂ ਇੰਨੀਆਂ ਕਿ ਉਹਨਾਂ ਦਾ ਰੁਮਾਲ ਵੀ ਕਿਸੇ ਕੋੜੇ ਦੇ ਮੂੰਹ 'ਤੇ ਫਿਰ ਗਿਆ, ਉਹ ਰਾਜ਼ੀ ਹੋ ਗਿਆ, ਉਸਦਾ ਕੋੜ ਦੂਰ ਹੋ ਗਿਆ। ਉਹਨਾਂ 'ਚ ਬਰਕਤਾਂ ਕਿੰਨੀਆਂ। ਤੁਰ ਪੈ ਨੇ, ਪਤਾ ਲੱਗਾ ਕਾਬਲ ਦੀ ਸੰਗਤ ਆ ਗਈ। ਬਾਲਾ ਪ੍ਰੀਤਮ ਸੰਗਤਾਂ ਤੋਂ ਕਿੰਨਾ ਸਦਕੇ ਜਾਂਦੇ ਸਨ, ਕੁਰਬਾਨ ਜਾਂਦੇ ਸਨ। ਕਹਿਣ ਲੱਗੇ ਸੰਗਤਾਂ ਆ ਰਹੀਆਂ ਨੇ ਕਾਬਲ ਤੋਂ, ਠਹਿਰ ਜਾਓ। ਜਿੱਥੇ ਸਨ ਰਸਤੇ 'ਚ ਉੱਥੇ ਠਹਿਰ ਗਏ, ਉੱਥੇ ਹੀ ਤੰਬੂ ਲੱਗ ਗਏ। ਸੰਗਤਾਂ ਆਈਆਂ, ਦਰਸ਼ਨ ਦੀਦਾਰ ਦਿੱਤੇ, ਫਿਰ ਅੱਗੇ ਤੁਰੇ। ਨਾਲ 94 ਸਿੱਖ ਸ਼ਹੀਦ ਭਾਈ ਮਣੀ ਸਿੰਘ, ਉਸ ਵੇਲੇ ਮਣੀ ਰਾਮ ਸੀ, ਭਾਈ ਦਰਗਾਹ ਮੱਲ, ਇਹ ਨਾਲ ਸਨ। ਹੋਰ ਸਿੱਖ ਨਾਲ ਸਨ, ਮਾਤਾਵਾਂ ਵੀ ਸਨ, ਦਾਦੀ ਮਾਂ ਵੀ ਸੀ ਨਾਲ, ਉਹਨਾਂ ਦੀ ਮਾਤਾ ਮਾਤਾ ਕਿਸ਼ਨ ਕੌਰ ਇਹ ਵੀ ਨਾਲ ਸੀ। ਜਦੋਂ ਤੁਰੇ ਨੇ, ਸੰਗਤਾਂ ਨੂੰ ਅੱਗੇ ਨਿਸ਼ਾਨ ਗੱਢ ਦਿੱਤਾ ਔਰ ਕਹਿਣ ਲੱਗੇ ਇਸ ਤੋਂ ਅੱਗੇ ਕੋਈ ਨਾ ਆਵੇ, 94 ਸਿੱਖ ਨਾਲ ਜਾਣਗੇ। ਅੰਬਾਲੇ ਦੇ ਨੇੜੇ ਹੀ ਹੈ ਗੁਰਦੁਆਰਾ ਸਾਹਿਬ, ਪੰਜੋਖਰਾ ਸਾਹਿਬ, ਇੱਥੇ ਧਰਮਸਾਲ ਸਿੱਖਾਂ ਬਣਾ ਦਿੱਤੇ ਸੀ। ਔਰ ਇਹ ਇਤਿਹਾਸਕ ਤੱਥ ਸਾਨੂੰ ਯਾਦ ਰਹੇ, ਗਵਾਲੀਅਰ ਦੇ ਕਿਲ੍ਹੇ 'ਚੋਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਏ ਨੇ, ਇਸੇ ਧਰਮਸਾਲਾ ਠਹਿਰੇ ਸਨ। ਇੱਥੇ ਆ ਕੇ ਪਹੁੰਚੇ, ਬੜਾ ਹੰਕਾਰੀ ਸੀ ਪੰਡਿਤ ਲਾਲ ਚੰਦ ਆਇਆ, ਔਰ ਵਿੱਦਿਆ ਦਾ ਗੁਮਾਨ, ਔਰ ਉਹਦੇ ਮਨ 'ਚ ਇਹ ਸੀ ਕਿ ਸੰਸਕ੍ਰਿਤ ਜਿੰਨੀ ਮੈਨੂੰ ਆਉਂਦੀ ਹੈ ਕਿਸੇ ਨੂੰ ਨਹੀਂ ਆਉਂਦੀ, ਇਹ ਵਿੱਦਿਆ ਦਾ ਗੁਮਾਨ ਵੀ ਜਿਹੜਾ ਲੈ ਡੁੱਬਦਾ। ਹੁਣ ਮੁੱਲਾਂ ਕਹਿੰਦਾ ਅਰਬੀ ਤੋਂ ਬਿਨਾਂ ਖੁਦਾ ਦੇ ਘਰ ਪ੍ਰਵਾਨ ਨਹੀਂ, ਕਿਉਂਕਿ ਕੁਰਾਨ ਅਰਬੀ 'ਚ ਲਿਖਿਆ, ਸੰਸਕ੍ਰਿਤ ਵਿੱਚ ਲਿਖਿਆ ਹੋਇਆ ਵੇਦ, ਇਸ ਲਈ ਸੰਸਕ੍ਰਿਤ ਅਤੇ ਦੇਵ ਭਾਸ਼ਾ। ਮੈਨੂੰ ਇੱਕ ਗੱਲ ਯਾਦ ਆ, ਸੈਕਿੰਡ ਵਰਲਡ ਵਾਰ ਜਦੋਂ ਹੋਈ, ਇੱਕ ਪਾਸੇ ਚਰਚਲ ਲੜ ਰਿਹਾ ਸੀ, ਦੂਸਰੇ ਪਾਸੇ ਹਿਟਲਰ। ਜਰਮਨੀ ਹਾਰ ਗਏ, ਇੰਗਲੈਂਡ ਵਾਲੇ ਜਿੱਤ ਗਏ, ਅਤੇ ਦੋ ਜਰਨੈਲ, ਉਹ ਕੈਦੀ ਜਰਨੈਲ ਜਰਮਨੀ ਦਾ, ਗੱਲ ਹੁੰਦੀ ਹੈ ਦੂਸਰੇ ਨਾਲ ਅਤੇ ਉਹ ਕਹਿੰਦਾ ਸਮਝ ਨਹੀਂ ਆਉਂਦੀ, ਸਮਾਨ ਸਾਡੇ ਕੋਲ ਵੀ ਬਹੁਤ ਸੀ, ਲੜਦੇ ਅਸੀਂ ਵੀ ਬਹੁਤ ਸਾਂ, ਲੇਕਿਨ ਤੁਸੀਂ ਕਿਉਂ ਜਿੱਤ ਗਏ? ਅਤੇ ਉਹ ਅੰਗਰੇਜ਼ ਜਰਨੈਲ ਜਿਹੜਾ ਸੀ ਉਹ ਕਹਿਣ ਲੱਗਾ ਪਤਾ ਅਸੀਂ ਕਿਉਂ ਜਿੱਤੇ ਅਤੇ ਤੁਸੀਂ ਕਿਉਂ ਹਾਰੇ? ਕਹਿਣ ਲੱਗਾ ਦੱਸੋ। ਕਹਿਣ ਲੱਗਾ ਪ੍ਰੇਅਰ ਕਰਦੇ ਸਾਂ, ਅਸੀਂ ਅਰਦਾਸ ਕਰਦੇ ਸਾਂ ਇਸ ਵਾਸਤੇ ਜਿੱਤ ਗਏ। ਤੂੰ ਕਹਿਣ ਲੱਗਾ ਉਹ ਤਾਂ ਅਸੀਂ ਵੀ ਕਰਦੇ ਸਾਂ, ਤੁਸੀਂ ਕਰਦੇ ਸਹੋ, ਅਸੀਂ ਵੀ
ਪ੍ਰੇਅਰ ਕਰਦੇ ਸਾਂ, ਅਰਦਾਸ ਕਰਦੇ ਸਾਂ, ਕਹਿਣ ਲੱਗਾ ਕਿਸ ਲੈਂਗੁਏਜ ਵਿੱਚ, ਕਿਸ ਭਾਸ਼ਾ ਵਿੱਚ ਕਰਦੇ ਸਾਂ? ਕਹਿਣ ਲੱਗਾ ਜਰਮਨੀ 'ਚ ਕਰਦੇ ਹਾਂ। ਕਹਿਣ ਲੱਗੇ ਤਾਂ ਹੀ ਡੁੱਬੇ ਹੋ, ਰੱਬ ਨੂੰ ਜਰਮਨੀ ਨਹੀਂ ਆਉਂਦੀ, ਕੇਵਲ ਅੰਗਰੇਜ਼ੀ ਆਉਂਦੀ ਹੈ। ਅਸੀਂ ਅੰਗਰੇਜ਼ੀ ਵਿੱਚ ਕਰਦੇ ਸਾਂ, ਅਸੀਂ ਜਿੱਤ ਗਏ ਔਰ ਤੁਸੀਂ ਹਾਰ ਗਏ। ਉਹ ਪੰਡਿਤ ਵੀ ਸੰਸਕ੍ਰਿਤ ਵਿੱਚ ਹੀ ਗੱਲ ਹੋ ਸਕਦੀ ਹੈ, ਇਹਨਾਂ ਨੂੰ ਆਉਂਦੀ ਕੋਈ ਨਹੀਂ। ਇਹ ਤਾਂ ਭਾਸ਼ਾ ਜਾਣਦੇ ਨੇ, ਭਾਸ਼ਾ ਨੂੰ ਸਮਝਦੇ ਸਨ, ਪੇਂਡੂ ਭਾਸ਼ਾ। ਕਹਿਣ ਲੱਗਾ ਨਾਂ ਤਾਂ ਰਖਵਾਇਆ ਜੇ ਹਰ ਕਿਸ਼ਨ, ਅਤੇ ਸੰਸਕ੍ਰਿਤ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਉਹ ਮੇਰੇ ਨਾਲ ਹੈ ਜਿਸ ਦੀ ਕਿਰਪਾ ਨਾਲ ਬੰਦਾ ਬੋਲਣ ਲੱਗ ਪਿਆ ਅਤੇ ਸਾਰੀਆਂ ਭਾਸ਼ਾ ਬਣ ਗਈਆਂ। ਹੁਣ ਇੱਕ ਧਿਆਨ ਦਿਓ, ਆਖਰ ਕੋਈ ਤਾਂ ਹੈ ਨਾ ਪਹਿਲੇ ਦਿਨ ਜਿਸਨੇ ਊੜਾ ਐੜਾ ਲਿਖਿਆ, ਜਿਸਨੇ ਏ ਬੀ ਸੀ ਲਿਖੀ। 3000 ਦੇ ਕਰੀਬ ਅੱਜ ਭਾਸ਼ਾ ਨੇ ਸੰਸਾਰ ਵਿੱਚ, 3000 ਭਾਸ਼ਾ ਬਣ ਗਈਆਂ। ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ, ਪਹਿਲੇ ਦਿਨ ਲਿਖਣਾ ਕਿਸ ਨੂੰ ਕੌਣ ਦੱਸ ਗਿਆ? ਕਹਿਣ ਲੱਗਾ ਇਹ ਗੱਲ ਛੱਡੋ, ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ, ਤੁਹਾਨੂੰ ਆਉਂਦੀ ਹੈ? ਗੁਰੂ ਸਾਹਿਬ ਕਹਿਣ ਲੱਗੇ ਤੈਨੂੰ ਆਉਂਦੀ ਹੈ। ਕਹਿਣ ਲੱਗਾ ਮੈਨੂੰ ਤਾਂ ਆਉਂਦੀ ਹੈ। ਕਹਿਣ ਲੱਗੇ ਪਰ ਜੋ ਕ੍ਰਿਸ਼ਨ ਜੀ ਨੇ ਕਿਹਾ ਨਾ, ਉਹ ਤੈਨੂੰ ਨਹੀਂ ਆਉਂਦਾ। ਤੂੰ ਇੰਜ ਕਰ, ਜੇ ਗੁਰੂ ਘਰ ਦੀਆਂ ਬਰਕਤਾਂ ਵੇਖਣੀਆਂ ਨੇ, ਗੁਰੂ ਪਾਤਸ਼ਾਹ ਜੋ ਕਹਿੰਦੇ ਨੇ, ਉਹ ਪੰਕਤੀਆਂ ਸੁਣਾਈਆਂ, ਮੈਂ ਤੁਹਾਨੂੰ ਸੁਣਾ ਦਿਆਂ। ਕਦੀ ਵੀ ਸਿਆਣਪ ਦਾ ਗੁਮਾਨ ਨਾ ਕਰੋ, ਕਿਉਂਕਿ ਆਪਣੀ ਨਹੀਂ, ਉਸ ਦੀ ਦਿੱਤੀ ਹੋਈ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਪਾਣਾ। ਜਦ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦੇਖਾਂ ਵਖਿਆ ਨਾ। ਤੂੰ ਜੋਤ ਖਿੱਚ ਲੈ, ਬੰਦਾ ਬੋਲ ਵੀ ਨਹੀਂ ਸਕਦਾ, ਜ਼ਬਾਨ ਹੀ ਲੜਖੜਾ ਜਾਏ, ਕਹਿਣਾ ਕੁਛ ਹੋਰ ਹੈ, ਮੂੰਹ ਹੋਰ ਕੁਛ ਹੋਰ। ਸੁਣੋ ਜਪਜੀ ਸਾਹਿਬ ਤੇ ਰੋਜ਼ ਪੜ੍ਹਦੇ ਹੋ, ਆਖਣ ਜ਼ੋਰ, ਚੁੱਪ ਨਾ ਜ਼ੋਰ। ਕੁਛ ਕਹਿਣ ਵਿੱਚ ਸਾਡਾ ਜ਼ੋਰ ਨਹੀਂ ਚੱਲਦਾ, ਚੁੱਪ ਰਹਿਣ ਵਿੱਚ ਜ਼ੋਰ ਨਹੀਂ ਚੱਲਦਾ। ਕਹਿਣ ਲੱਗੇ ਫਿਰ ਇੰਜ ਕਰ, ਜੇ ਤੂੰ ਗੁਰੂ ਘਰ ਦੀ ਬਰਕਤ ਸੰਬੰਧ ਵੇਖਣੀ ਆ ਨਾ, ਤੇ ਆਪਣੀ ਮਰਜ਼ੀ ਦਾ ਹੀ ਬੰਦਾ ਲੈ ਆ, ਤੇ ਅਰਥ ਫਿਰ ਅਸੀਂ ਕਰਵਾ ਦਿੰਦੇ ਹਾਂ। ਬੜਾ ਹੁਸ਼ਿਆਰ ਸੀ, ਚਲਾਕ ਸੀ ਪੁਜਾਰੀ, ਤੇ ਇੱਥੇ ਤੱਕ ਮੈਂ ਵੇਖਿਆ। ਪੁਜਾਰੀ ਕਹਿੰਦਾ ਮੈਂ ਹੀ ਕਾਫੀ ਹਾਂ, ਪਰਮਾਤਮਾ ਤੇਰੀ ਤੇ ਜ਼ਰੂਰਤ ਹੀ ਕੋਈ ਨਹੀਂ, ਤੂੰ ਤੇ ਬਾਰ ਬਾਰ ਹੀ ਠੀਕ ਆ। ਸਾਊਥ ਇੰਡੀਆ 'ਚ ਅਜੇ ਵੀ ਜਾਓ, ਇਹਨੇ ਦੇਸ਼ ਆਜ਼ਾਦ, ਜੋ ਦੁਰਗਤੀ ਸ਼ੂਦਰਾਂ ਦੀ ਹੈ, ਕੋਈ ਹਿਸਾਬ ਨਹੀਂ। ਸ਼ੂਦਰ ਗਿਆ, ਮੰਦਰ ਦੀਆਂ ਪੌੜੀਆਂ ਚੜ੍ਹਨ ਲੱਗਾ, ਅਤੇ ਅੱਗੋਂ ਪਾਂਡਾ ਆ ਗਿਆ, ਤਿਲਕੜਾਏ ਖੂਬ। ਕਹਿਣ ਲੱਗਾ ਕਿੱਧਰ ਆ ਰਹੇ ਹੈ? ਕਹਿਣ ਲੱਗਾ ਜੀ ਦਰਸ਼ਨ ਕਰਨ। ਕਹਿਣ ਲੱਗੇ ਤੂੰ ਸ਼ੂਦਰ ਹੈ, ਤੂੰ ਨਹੀਂ ਆ ਸਕਦਾ, ਥੱਲੇ ਚੱਲ, ਤੈਨੂੰ ਉੱਥੇ ਹੀ ਪ੍ਰਸ਼ਾਦ ਦੇ ਦੇਣਾ। ਕਹਿਣ ਲੱਗਾ ਪਾਂਡਾ ਜੀ ਤੁਸੀਂ ਆਏ ਬਾਅਦ ਵਿੱਚ, ਇਹ ਸੀਮੈਂਟ ਤਾਂ ਸਾਰਾ ਮੈਂ ਘੋਲਿਆ, ਮੰਦਰ ਜਦੋਂ ਬਣਿਆ ਇੱਟਾਂ ਮੈਂ ਢੋਈਆਂ ਸਿਰ 'ਤੇ, ਪੱਥਰ ਮੈਂ ਢੋਇਆ ਬਣਾਇਆ, ਅਤੇ ਮੈਂ ਅਤੇ ਮੇਰੇ ਪੈਰ 'ਤੇ ਸਾਰੇ ਲੱਗੇ ਹੱਥਾਂ ਨਾਲ ਮੈਂ ਇੱਟਾਂ ਪੱਥਰ। ਕਹਿਣ ਲੱਗਾ ਹੁਸ਼ਿਆਰ ਸੀ, ਕਹਿਣ ਲੱਗਾ ਉਹ ਪਾ ਕੇ ਗੰਗਾ ਜਲ ਹੀ ਧੋ ਦਿੱਤਾ ਸੀ, ਇੱਕ ਵਾਰੀ ਸਾਫ਼ ਕਰ ਦਿੱਤਾ, ਹੁਣ ਨਹੀਂ ਤੂੰ ਆ ਸਕਦਾ। ਸਤ ਬਚਨ ਚਲਾ ਗਿਆ, ਅਤੇ ਰਾਤ ਸੁਪਨੇ 'ਚ ਭਗਵਾਨ ਮਿਲ ਗਿਆ, ਗੱਲ ਨਾ ਲਾਇਆ, ਤੂੰ ਮੇਰਾ ਬੜਾ ਪਿਆਰਾ ਭਾਈ, ਮੰਦਰ ਬਣਾਇਆ। ਕਹਿਣ ਲੱਗਾ ਜੀ ਮੰਦਰ 'ਤੇ ਬਣਾਇਆ, ਕੀ ਪਿਆਰਾ, ਮੈਂ ਗਿਆ ਅਤੇ ਪੁਜਾਰੀ ਨੇ ਅੰਦਰ ਨਹੀਂ ਵੜਨ ਦਿੱਤਾ। ਕਹਿਣ ਲੱਗਾ ਕਮਲਿਆ ਘਬਰਾ ਨਾ, ਮੈਨੂੰ ਵੀ ਨਹੀਂ ਵੜਨ ਦਿੱਤਾ, ਮੈਂ ਵੀ ਬਾਹਰ ਹੀ ਫਿਰਨਾ ਪਿਆ, ਤੈਨੂੰ ਕੀ ਵੜਨ ਦਿੰਦਾ, ਮੈਂ ਵੀ ਬਾਹਰ ਹੀ ਹਾਂ, ਉਹਨੇ ਮੈਨੂੰ ਵੀ ਨਹੀਂ ਵੜਨ ਦਿੱਤਾ। ਪੁਜਾਰੀ ਹੋ ਜਾਂਦਾ ਕਠੋਰ, ਉਹਦੇ ਮਨ ਵਿੱਚ ਜ਼ਰਾ ਜਿੰਨਾ ਪ੍ਰੇਮ ਨਹੀਂ ਹੁੰਦਾ। ਗੁਰੂ ਸਾਹਿਬ ਨੇ ਕਿਹਾ ਪੁਜਾਰੀ ਆਗਿਆਕਾਰੀ ਨਹੀਂ ਰਹਿ ਜਾਂਦਾ, ਇਨਕਾਰੀ ਹੋ ਜਾਂਦਾ। ਪਰ ਸੁਖਮਨੀ ਸਾਹਿਬ ਵਿੱਚ ਪੁਜਾਰੀ ਦੀ ਡੈਫੀਨੇਸ਼ਨ ਪਰਿਭਾਸ਼ਾ ਲਿਖੀ ਹੈ, ਠਾਕੁਰ ਕਾ ਸੇਵਕ ਆਗਿਆਕਾਰੀ,
ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਉਹਦੇ ਮਨ ਚ ਸ਼ਰਧਾ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਪੁਜਾਰੀ ਬੜਾ ਕਠੋਰ ਸੀ, ਕਹਿਣ ਲੱਗਾ ਗੀਤਾ ਆਉਂਦੀ ਹੈ। ਸਤਿਗੁਰੂ ਕਹਿਣ ਲੱਗੇ ਲਿਆ ਉਹਨੇ ਬੰਦਾ ਹੀ ਚੁਣਿਆ ਜਿਹੜਾ ਗੂੰਗਾ ਸੀ ਤੇ ਬੋਲਾ ਸੀ ਛੱਜੋ ਝੀਵਨ ਲੈ ਆ। ਕਹਿਣ ਲੱਗਾ ਇਹਦੇ ਕੋਲੋਂ ਕਰਾ ਦਿਓ, ਇਹਨੂੰ ਤੇ ਜਾਣਦਾ ਵੀ ਆ, ਨਗਰ ਦਾ ਹੀ ਰਹਿਣ ਵਾਲਾ, ਪਾਣੀ ਢੋਂਦਾ, ਬੋਲ ਸਕਦਾ ਨਹੀਂ। ਸਤਿਗੁਰਾਂ ਛੜੀ ਸਿਰ ਤੇ ਰੱਖੀ, ਹੱਥ ਵਿੱਚ ਛੜੀ ਸੀ ਔਰ ਨਜ਼ਰ ਭਰ ਕੇ ਵੇਖਿਆ ਬਾਲਾ ਪ੍ਰੀਤਮ ਨੇ। ਮੈਂ ਅਰਦਾਸ ਕਰਾਂ, ਕਰੋ ਅਰਦਾਸ ਕੇ ਦਾਤਿਆ ਉਹ ਨਜ਼ਰ ਸਾਡੇ ਤੇ ਵੀ ਪਾ ਦੇ ਅੱਜ ਕਿਰਪਾ ਕਰ। ਬਾਲਾ ਪ੍ਰੀਤਮ ਉਸ ਨਜ਼ਰ ਨਾਲ ਸਾਨੂੰ ਵੀ ਵੇਖ, ਸਾਡਾ ਵੀ ਬੇੜਾ ਪਾਰ ਹੋ ਜਾਵੇ, ਸਾਡਾ ਵੀ ਨਿਸਤਾਰਾ ਹੋ ਜਾਵੇ। ਵੇਖਿਆ ਇਸ਼ਾਰਾ ਕਰਕੇ ਕਹਿੰਦੇ ਨੇ ਬੋਲ ਉਸਦੇ ਹੁਕਮ ਨਾਲ, ਜਿਸ ਦੇ ਹੁਕਮ ਨਾਲ ਅਨੇਕਾਂ ਮਿੱਟੀ ਦੇ ਸਰੀਰ ਬੋਲਣ ਲੱਗ ਪਏ, ਅੱਖਾਂ ਵੇਖਣ ਲੱਗ ਪਈਆਂ, ਕੰਨ ਸੁਣਨ ਲੱਗ ਪਏ। ਅੱਜ ਬੋਲ ਉਸਦੇ ਹੁਕਮ ਨਾਲ ਹੱਦ ਹੋ ਗਈ। ਕਹਿਣ ਲੱਗਾ ਪੰਡਿਤ ਜੀ ਬਹੁਤੀ ਗੱਲ ਕੀ ਕਰਾਂ, ਗੀਤਾ ਦਾ ਤੱਤ ਸਾਰੀ ਤੁਹਾਨੂੰ ਸੁਣਾ ਦੇਣਾ। ਕ੍ਰਿਸ਼ਨ ਜੀ ਨੇ ਕਿਹਾ ਅਰਜਨ ਤੂੰ ਤੇ ਨਵੇਂ ਤਮਾਤਰ, ਹੱਥ ਤੇਰੇ ਨਹੀਂ ਉਸਦੇ ਦਿੱਤੇ ਨੇ, ਚਲਾ ਉਸਦੇ ਹੁਕਮ ਵਿੱਚ। ਸਰੀਰ ਤੇਰਾ ਨਹੀਂ, ਆਤਮਾ ਨਾ ਕਿਸੇ ਦੀ ਕੱਟੀ ਜਾਂਦੀ ਹੈ ਨਾ ਤੇਰੀ, ਇਹ ਤੇ ਖੇਡ ਹੈ ਖੇਡ। ਨੈਨਮ ਸ਼ਦਯੰਤੀ ਸ਼ਸਤਰਾਣੀ ਨੈਨਮ ਦਹਤੀ ਪਾਵਕਾ, ਇਹ ਗੀਤਾ ਦਾ ਤੱਤ ਸਾ। ਆਤਮਾ ਕੱਟੇ ਨਹੀਂ ਜਾਂਦੀ, ਸੜਦੀ ਨਹੀਂ, ਡੁੱਬਦੇ ਨਹੀਂ। ਕਹਿੰਦੇ ਨੇ ਪੰਡਿਤ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਦਾਤਿਆ ਜੋ ਮੈਂ ਅੱਜ ਤੱਕ ਪੜ੍ਹਿਆ ਪੜਾਇਆ ਉਹ ਤੇ ਗਿਆ। ਵਾਕਿਆ ਹੀ ਕੁਛ ਵਾਰੀ ਐਸਾ ਹੁੰਦਾ, ਕੁਝ ਬੱਚੇ ਐਸੇ ਨੇ। ਕਹਿਣ ਲੱਗਾ ਮੈਂ ਹੈਰਾਨ ਹਾਂ, ਗਿਆਨ ਅਸਲ ਤੁਹਾਡੇ ਕੋਲ ਹੈ ਕਿ ਮੇਰੇ ਕੋਲ ਹੈ, ਤੁਹਾਡੀ ਬਰਕਤ। ਮੈਂ ਸੁਣਿਆ ਇੱਕ ਬੱਚਾ ਤੁਰਿਆ ਜਾਏ ਤੇ ਲਾਲ ਚੰਦ ਵਰਗਾ ਹੀ ਬੜਾ ਹੰਕਾਰੀ। ਕਹਿਣ ਲੱਗਾ ਬੇਟਾ ਠਹਿਰ, ਕਿੱਥੇ ਚੱਲੇ ਆ? ਕਹਿਣ ਲੱਗਾ ਬਾਬਾ ਜੀ ਮੰਦਰੇ ਚੱਲੇ ਆ। ਕੀ ਕਰਨ? ਕਹਿਣ ਲੱਗਾ ਵੇਖੋ ਦੀਵਾ ਜਗਦਾ, ਦੀਵਾ ਜਗਾਉਣ ਚੱਲਿਆ। ਕਹਿਣ ਲੱਗਾ ਫਿਰ ਗੱਲ ਦਾ ਉੱਤਰ ਦੇ, ਇਹ ਦੀਵੇ ਦੇ ਉੱਤੇ ਜਿਹੜੀ ਜੋਤ ਜਗ ਰਹੀ ਹੈ ਕਿੱਥੋਂ ਆਈ ਹੈ? ਇਹ ਜੋਤ ਕਿੱਥੋਂ ਆਈ? ਉਹਨੇ ਫੂਕ ਮਾਰੀ ਬੁਝਾ ਦਿੱਤਾ। ਕਹਿਣ ਲੱਗਾ ਬਾਬਾ ਜੀ ਦੱਸੋ ਜੋਤ ਕਿੱਥੇ ਗਈ ਹੈ, ਮੈਂ ਦੱਸਾਂਗਾ ਜੋਤ ਕਿੱਥੋਂ ਆਈ। ਕਹਿਣ ਲੱਗਾ ਮੈਨੂੰ ਤੇ ਪਤਾ ਨਹੀਂ। ਪੈਰ ਫੜ ਕੇ ਕਹਿਣ ਲੱਗਾ ਮੈਂ ਤੇ ਇਹ ਵੀ ਦੱਸਦਾ ਸਾਂ ਇਹ ਸ੍ਰਿਸ਼ਟੀ ਕਿੱਥੋਂ ਆਈ ਹੈ। ਅੱਜ ਤੇ ਸਿਰਫ ਆਪਣੀ ਬੇਅਕਲੀ ਦਾ ਹੀ ਬੋਧ ਹੋਇਆ ਕਿ ਮੈਂ ਕਿੰਨਾ ਕੁ ਗਿਆਨੀ, ਦੱਸਦਾ ਸਾਂ ਸ੍ਰਿਸ਼ਟੀ ਕਿੱਥੋਂ ਆਈ, ਬੰਦੇ ਕਿੱਥੋਂ ਆਉਂਦੇ ਨੇ, ਜਾਣਗੇ ਕਿੱਥੇ, ਨਰਕਾਂ ਸਵਰਗਾਂ ਦੇ ਨਕਸ਼ੇ ਬਣਾ ਬਣਾ ਕੇ ਦੱਸ, ਮੈਨੂੰ ਤੇ ਇਹ ਨਹੀਂ ਪਤਾ ਇਹ ਜੋਤ ਕਿੱਥੋਂ ਆਈ। ਹੱਸ ਕੇ ਕਹਿਣ ਲੱਗਾ ਨਾ ਕਿੱਥੋਂ ਆਈ ਤੇ ਨਾ ਕਿਤੇ ਗਈ ਬੱਚਾ। ਕਹਿਣ ਲੱਗਾ ਪ੍ਰਗਟ ਹੁੰਦੀ ਹੈ ਗੁਪਤ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਇਹ ਜੋਤ ਹੈ ਉਸਦੀ ਵਿਦਿਆ, ਇਹ ਸੋਝੀ ਇਹ ਸੁਰਤ, ਇਹ ਪ੍ਰਗਟ ਹੁੰਦੀ ਹੈ ਤੇ ਗੁਪਤ ਹੁੰਦੀ ਹੈ। ਉਸ ਦੀ ਕਿਰਪਾ ਦੇ ਪਾਤਰ ਬਣੋ, ਪੜ੍ਹੋ ਜ਼ਰੂਰ ਪੜ੍ਹੋ ਪਰ ਪਰਉਪਕਾਰੀ ਬਣੋ। ਕਦੇ ਵੀ ਵਿਦਿਆ ਨੂੰ ਇਸ ਢੰਗ ਨਾਲ ਨਾ ਵਰਤੋ ਕਿ ਕਿਸੇ ਦਾ ਦਿਲ ਦੁਖੇ। ਪੜ੍ਹੀ ਹੋਈ ਵਿਦਿਆ ਕਿਸੇ ਲਈ ਜਾਲ ਨਾਲ ਨਾ, ਦੋ ਢੰਗ ਹੋ ਸਕਦੇ ਨੇ ਗਿਆਨ ਦੇ। ਇੱਕ ਤੇ ਹੈ ਕਿ ਗਿਆਨ ਨਾਲ ਕਿਸੇ ਨੂੰ ਧੋਖਾ ਕਿਵੇਂ ਦਿੱਤਾ ਜਾ, ਜਿਵੇਂ ਫੰਦ ਕੇ ਮੱਛੀ ਨੂੰ ਧੋਖਾ ਦਿੰਦਾ, ਜਿਵੇਂ ਜਾਲ ਪਾ ਕੇ ਪੰਖੀਆਂ ਨੂੰ ਧੋਖਾ ਦਿੱਤਾ ਜਾਂਦਾ। ਬੰਦਾ ਬੰਦੇ ਨੂੰ ਧੋਖਾ ਦਿੰਦਾ ਔਰ ਵਿਦਿਆ ਦੇ ਨਾਲ
ਕਹਿਣ ਲੱਗੇ ਵਿਦਿਆ ਕੈਸੀ ਹੋਵੇ? ਧੰਨ ਗੁਰੂ ਨਾਨਕ ਦੇਵ ਦਾ ਬਚਨ ਸੁਣੋ, ਵਿਦਿਆ ਵਿਚਾਰੀ ਤਾਂ, ਵਿਦਿਆ ਦੀ ਵਿਚਾਰ ਤਾਂ ਹੀ ਹੋਈ ਪਰ ਉਪਕਾਰ। ਜੇ ਚਾਰ ਅੱਖਰ ਆਉਂਦੇ ਨੇ ਦੂਸਰੇ ਨੂੰ ਨਹੀਂ ਆਉਂਦੇ, ਉਹਦਾ ਭਲਾ ਕਰ, ਉਹਨੂੰ ਠੀਕ ਰਸਤਾ ਦੇ। ਇੱਥੇ ਮੈਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਰੱਖਦੇ ਹਾਂ, ਕਿਉਂਕਿ ਲਿਖਣਾ ਪੜ੍ਹਨਾ ਸਾਰੇ ਜਾਣ, ਜਦੋਂ ਵੀ ਕਲਮ ਫੜੋ ਨਾ, ਘੱਟੋ ਘੱਟ ਕੱਲ੍ਹ ਤੋਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ। ਜੀ ਆਸਾ ਸਿੰਘ ਮਸਦੇ ਹੋਏ ਨੇ ਅਤੇ ਉਹਨੇ ਕਿਸੇ ਗੁਰੂ ਦੀ ਕਸਮ ਚੁੱਕੀ, ਲੋੜਵੰਦ ਸੀ, ਉਹਨੂੰ 500 ਮੋਹਰ ਦੀ ਹੁੰਡੀ ਕਰ ਦਿੱਤੀ। ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੱਸਿਆ, ਸਤਿਗੁਰਾਂ ਕਿਹਾ ਪੁੱਛਿਆ ਬਗੈਰ ਕਿਉਂ ਕੀਤਾ, ਦੌੜ ਗਿਆ ਪਰ ਇੱਕ ਚਿੱਠੀ ਲਿਖੀ। ਕਹਿਣ ਲੱਗਾ, ਮਹਾਰਾਜ ਕਲਮ ਇਹ ਗੱਲ ਕਹਿੰਦੀ ਹੈ ਕਿ ਤੂੰ ਮੇਰਾ ਮੂੰਹ ਕਾਲਾ ਕਰ। ਪਹਿਲੇ ਦੁਆਤਾਂ ਹੁੰਦੀਆਂ ਸਨ ਅਤੇ ਕਲਮ ਡੋਬਣੀ ਲਿਖਦੇ ਸਨ। ਮੁੱਖ ਮੇਰਾ ਕਾਰੋ ਕਰੇ ਕਰਤ ਨਾ ਪਰਉਪਕਾਰ, ਪਰਉਪਕਾਰ ਦੇ ਦੋ ਅੱਖਰ ਨਹੀਂ ਲਿਖੇ ਅਤੇ ਮੇਰਾ ਮੂੰਹ ਕਾਲਾ ਕੀਤਾ, ਤਿਸ ਕਾ ਫਿਰ ਕਰੋਂਗੇ ਪਲਟਾਏ ਦਰਬਾਰ। ਜੇ ਬੁਰੇ ਲੇਖ ਲਿਖੇ ਨੇ ਤੇਰਾ ਮੂੰਹ ਦਰਗਾਹ 'ਚ ਮੈਂ ਕਾਲਾ ਕਰਾਂਗੀ। ਕਲਮ ਇਹ ਕਹਿੰਦੀ, ਐਸਾ ਕਲਮ ਕਹਿ ਸਭ ਸਾਥ, ਰੱਬ ਨੇ ਵਿਦਿਆ ਦਿੱਤੀ ਸੋ ਪਕਰਾਈ ਗੁਰਮਮ ਹਾਥ, ਗੁਰ ਕੀ ਅਣ ਸਿੱਖ ਜਬ ਕਹਿਨੇ, ਸਹੀ ਨਾ ਮੈਂ ਪਾਤੀ ਲਿਖਦੇ ਨੇ। ਪੰਡਿਤ ਨੇ ਚਰਨਾਂ 'ਤੇ ਸਿਰ ਰੱਖਿਆ, ਕਹਿਣ ਲੱਗਾ ਦਾਤਿਆ, ਅੱਜ ਪਤਾ ਲੱਗਾ ਇੱਕ ਵਿਦਿਆ ਉਹ ਹੈ ਪੜ੍ਹ ਕੇ ਬੰਦਾ ਰੱਬ ਤੋਂ ਦੂਰ ਹੋ ਜਾਏ, ਪਰ ਵਿਦਿਆ ਦੀ ਦ੍ਰਿਸ਼ਟੀ ਠੀਕ ਬਣ ਜਾਏ, ਕਿਉਂਕਿ ਲਿਖਿਆ ਤਾਂ ਇਸ ਲਈ ਕਿ ਵਿਦਿਆ ਹੈ ਕੀ ਹੈ। ਥੋੜ੍ਹਾ ਜਿਹਾ ਖੁਲਾਸਾ ਹੋਰ ਕਰਦੇ ਹਾਂ। ਕੁਛ ਭਾਸ਼ਾ ਨੇ ਜਿਹੜੀਆਂ ਸੱਜਿਓਂ ਖੱਬੇ ਨੂੰ ਲਿਖਦੇ ਹੋ, ਜੈਸੇ ਅਰਬੀ ਹੈ, ਫਾਰਸੀ ਹੈ, ਕੁਛ ਐਸੀ ਹੈ ਜਿਹੜੀ ਹੈ ਖੱਬਿਓਂ ਸੱਜੇ ਲਿਖਦੇ ਹੋ, ਇੰਗਲਿਸ਼ ਹੈ, ਸੰਸਕ੍ਰਿਤ ਹੈ, ਕੁਛ ਉੱਪਰੋਂ ਥੱਲੇ ਵੀ ਆਉਂਦੀਆਂ ਭਾਸ਼ਾ ਮੈਂ ਵੇਖੀਆਂ ਨੇ। ਪਹਿਲੇ ਤੇ ਅਸੀਂ ਕਾਰ ਐਂ ਸਮਝੋ ਵੀ ਪੜ੍ਹਨਾ, ਬਜ਼ੁਰਗ ਜਾਂਦੇ ਸਨ ਬਾਜ਼ਾਰਾਂ 'ਚ ਅਤੇ ਪੜ੍ਹੇ ਨਹੀਂ ਸਨ ਹੁੰਦੇ, ਗੰਢਾਂ ਦੇ ਲੈਣੀਆਂ, ਇਸ ਸੌਦੇ ਦਾ, ਇਸ ਦਾ, ਇਸ ਦਾ, ਉਹ ਯਾਦ ਆ ਜਾਣੀ ਗੰਢਾਂ, ਪੰਜ ਨੇ ਚਾਰ ਲਏ, ਪੰਜਵੀਂ ਗੰਢ ਕਾਹਦੀ। ਭਾਸ਼ਾ ਜਿੰਨੀਆਂ ਨੇ ਅਤੇ ਗੰਢਾਂ ਨੇ ਮਰੋੜੀਆਂ ਹੀ ਪਾਈਆਂ ਨੇ, ਹੋਰ ਕੀ ਹੈ। ਉਲਟੀ ਮਰੋੜੀ ਪਾ ਦਿੱਤੀ, ਸਿੱਧੀ ਪਾ ਦਿੱਤੀ, ਕਿਸੇ ਪਾਸੇ ਪਾ ਦਿੱਤੀ, ਅੱਖਰ ਬਣਦੇ ਗਏ ਇਹ ਯਾਦ ਰੱਖਣ ਵਾਸਤੇ। ਜਿਸ ਵਾਸਤੇ ਆਏ ਸਾਂ ਜੇ ਉਹ ਯਾਦ ਨਹੀਂ ਰਿਹਾ, ਹੇ ਬੰਦੇ ਤੂੰ ਆਇਆ ਸਿਮਰਨ ਵਾਸਤੇ, ਸੇਵਾ ਵਾਸਤੇ। ਪੰਡਿਤ ਨੂੰ ਜਿਹੜੇ ਸ਼ਬਦ ਕਹੇ ਸਨ, ਕਹਿਣ ਲੱਗੇ ਸਿਮਰਨ ਕਰ ਕਰਤਾਰ ਦਾ, ਮਨ ਨੂੰ ਲਾ ਉਸ ਦੀ ਯਾਦ ਵਿੱਚ ਅਤੇ ਤਨ ਨੂੰ ਲਾ ਸੰਸਾਰ ਦੀ ਸੇਵਾ ਵਿੱਚ। ਸੇਵਾ ਸੰਸਾਰ ਦੇ, ਸਿਮਰਨ ਕਰਤਾਰ ਦਾ। ਪੰਡਿਤ ਵੀ ਨਾਲ ਹੋਰ ਤੁਰਿਆ। ਔਰ ਇੱਕ ਗੱਲ ਜਿਹੜੀ ਹੈ ਬੜੀ ਘੱਟ ਪ੍ਰਚਾਰੀ ਗਈ, ਅੱਜ ਮੈਂ ਬੇਨਤੀ ਕਰਾਂ, ਪੰਡਿਤ ਲਾਲ ਚੰਦ ਉਸ ਦਿਨ ਤੋਂ ਬਾਅਦ ਸਿੱਖ ਬਣ ਗਿਆ ਸੀ ਔਰ ਸਾਰੀ ਉਮਰ ਸਿੱਖੀ ਦਾ ਉਸਨੇ ਪ੍ਰਚਾਰ ਕੀਤਾ, ਮਹਾਨ ਪ੍ਰਚਾਰਕ ਸਿੱਖ ਧਰਮ ਦਾ ਬਣਿਆ, ਸਤਿਗੁਰੂ ਦਿੱਲੀ ਆਏ। ਲਿਖਿਆ ਇਤਿਹਾਸਕਾਰਾਂ, ਡੇਢ ਕੁ ਕੋਹ ਬਾਹਰ ਸਨ, ਉਹ ਨਜ਼ਾਰਾ ਵੇਖਣ ਵਾਲਾ ਸੀ, ਸੰਗਤਾਂ ਕਿਵੇਂ ਹੁੰਮ ਹੁਮਾ ਕੇ ਗਈਆਂ, ਲੋਕਾਂ ਨੇ ਆਪਣੇ ਬਸਤਰ ਲਾ ਕੇ ਵਿਛਾ ਦਿੱਤੇ ਕਿ ਸਤਿਗੁਰੂ ਇੱਥੇ ਕਦਮ ਰੱਖ ਕੇ ਆਓ। ਧੰਨ ਭਾਗ ਨੇ ਦਿੱਲੀ ਦੇ ਬੌਲਾ ਪ੍ਰੀਤਮ ਆਏ, ਸ਼ਬਦ ਪੜ੍ਹਦੀਆਂ ਸੰਗਤਾਂ ਲੈ ਕੇ ਆਈਆਂ। ਪਹਿਲੇ ਤਾਂ ਸੀ ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਹੀ। ਵੇਖੋ ਸਤਿਗੁਰੂ ਦੀਆਂ ਬਰਕਤਾਂ, ਕਿਸੇ ਜੰਡ ਥੱਲੇ ਬੈਠ ਗਏ ਅਤੇ ਗੁਰਦੁਆਰਾ ਜੰਡ ਸਾਹਿਬ, ਜੇ ਰੋੜੀ 'ਤੇ ਹੀ ਬੈਠ ਗਏ ਅਤੇ ਗੁਰਦੁਆਰਾ ਰੋੜੀ ਸਾਹਿਬ, ਜੇ ਬੇਰੀ ਥੱਲੇ ਬੈਠ ਗਏ ਅਤੇ ਗੁਰਦੁਆਰਾ ਬੇਰ ਸਾਹਿਬ।
ਸਾਹਿਬੀ ਜੁੜਦੀ ਗਈ ਥਾਂ ਥਾਂ ਤੇ। ਜੇ ਕਿਸੇ ਸਿੱਖ ਦੇ ਘਰ ਬੈਠ ਗਏ, ਸਿੱਖਾਂ ਦੇ ਘਰ ਵੀ ਗੁਰਦੁਆਰੇ ਬਣੇ, ਇਹ ਭਾਈ ਮੇਹਰੇ ਦਾ ਘਰ ਬਾਬਾ ਬਕਾਲਾ, ਇੱਥੇ ਆ ਕੇ ਬੈਠੇ। ਪਹਿਲੇ ਅਸੀਂ ਮੇਰਾ ਬੰਗਲਾ ਤੇ ਹਰ ਇੱਕ ਜਾ ਵੀ ਨਹੀਂ ਸੀ ਸਕਦਾ, ਸਿਕਿਉਰਿਟੀ ਗਾਰਡ ਖੜੇ ਕੌਣ ਲੰਘਣ ਦਿੰਦਾ ਬਾਦਸ਼ਾਹਾਂ ਦੇ ਘਰ। ਪਰ ਸਤਿਗੁਰੂ ਜਦੋਂ ਗਏ ਦਰਵਾਜ਼ੇ ਖੁੱਲ ਗਏ, ਬੰਗਲਾ ਬੰਗਲਾ ਸਾਹਿਬ ਬਣ ਗਿਆ। ਪਟਰਾਣੀ ਨੇ ਇੱਕ ਪ੍ਰੀਖਿਆ ਲੈਣੀ ਚਾਹੀ ਕਿ ਮੈਨੂੰ ਆਸ਼ੀਰਵਾਦ ਦੇਣ ਬਹਾਨਾ ਇਹ ਬਣਾਇਆ। ਮਨ 'ਚ ਸ਼ੰਕਾ ਸੀ, ਤੁਹਾਨੂੰ ਬੇਨਤੀ ਕਰਾਂ, ਸਿੱਖ 'ਤੇ ਸ਼ਰਧਾ ਰੱਖਦਾ ਸ਼ੰਕਾ ਨਾ। ਪਰ ਇਹ ਸ਼ੰਕਾ ਤੇ ਬਾਅਦ ਵਿੱਚ ਇਤਿਹਾਸਕਾਰਾਂ ਨੂੰ ਵੀ ਪਿਆ, ਬਹੁਤ ਵੱਡਾ ਹਿਸਟੋਰੀਅਨ ਸਰ ਜਾਦੂਨਾਥ ਸਰਕਾਰ, ਉਹ ਵੀ ਇਹ ਸ਼ੰਕੇ ਦਾ ਸ਼ਿਕਾਰ ਹੋਇਆ। ਉਹਨੂੰ ਗੁਰੂ ਘਰ ਦੀਆਂ ਬਰਕਤਾਂ ਦਾ ਨਹੀਂ ਸੀ ਪਤਾ। ਰਾਣੀ ਵੀ ਸ਼ਿਕਾਰ ਹੋਈ, ਕਹਿਣ ਲੱਗੇ ਗੁਰੂ ਨਾਨਕ ਦੇਵ ਦੇ ਥਾਂ ਕਹਿੰਦੇ ਨੇ ਛੋਟਾ ਜਿਹਾ ਬੱਚਾ ਇਹ ਕੀ ਦਿਲਾਂ ਦੀਆਂ ਬੁੱਝੇਗਾ, ਇਹ ਛੋਟਾ ਜਿਹਾ ਬੱਚਾ ਇਹ ਕੀ ਹੋਵੇਗਾ। ਪਰਖ ਲੈਣ ਵਾਸਤੇ ਕੀ ਕੀਤਾ, ਕਿਹਾ ਮੈਂ ਆਸ਼ੀਰਵਾਦ ਲੈਣੀ ਹੈ ਤੇ ਸਧਾਰਨ ਕੱਪੜੇ ਗੋਲੀਆਂ ਵਾਲੇ ਪਾ ਕੇ ਗੋਲੀਆਂ 'ਚ ਬੈਠ ਗਈ ਤੇ ਸਤਿਗੁਰੂ ਆਏ ਸਿੱਧੇ। ਗੁਰੂ ਪਹਿਚਾਣ ਦਾ ਤੁਹਾਨੂੰ ਇੱਕ ਬੇਨਤੀ ਕਰਾਂ, ਗੁਰੂ ਸਿਰਫ ਚਿਹਰੇ ਨਹੀਂ ਵੇਖਦਾ, ਗੁਰੂ ਨੀਅਤ ਵੀ ਵੇਖਦਾ, ਗੁਰੂ ਮਨ ਵੀ ਵੇਖਦਾ। ਸਿੱਧੇ ਕੋਲ ਗਏ ਤੇ ਜਾ ਕੇ ਉਸ ਵੇਲੇ ਸਿਰ 'ਤੇ ਛੜੀ ਰੱਖ ਕੇ ਕਹਿਣ ਲੱਗੇ, ਬੀਬੀ ਆਸ਼ੀਰਵਾਦ ਲੈਣੀ ਹੋਵੇ ਨਾ ਜਿਹਨਾਂ ਕੋਲੋਂ, ਉਹਨਾਂ ਦਾ ਇਮਤਿਹਾਨ ਨਹੀਂ ਲਈਦਾ ਆਸ਼ੀਰਵਾਦ। ਕਹਿਣ ਲੱਗੇ ਵੱਡਿਆਂ ਨੂੰ ਹੱਕ ਹੈ, ਰੱਬ ਨੂੰ ਹੱਕ ਹੈ ਸਾਨੂੰ ਅਜ਼ਮਾਏ, ਸਾਡਾ ਇਮਤਿਹਾਨ ਲੈ, ਨਾਲੇ ਆਸ਼ੀਰਵਾਦਾਂ ਮੰਗਣੀਆਂ ਨਾਲੇ ਸ਼ੰਕਾ। ਜਿਹੜੇ ਬਚਨ ਕਹੇ ਸਨ ਮੈਂ ਤੁਹਾਨੂੰ ਸੁਣਾਵਾਂ। ਕਹਿਣ ਲੱਗੇ ਬੇਬੇ ਬਰਸਾਤ ਸਾਰੀ ਰਾਤ ਪੈਂਦੀ ਰਹੇ, ਜੇ ਪਾਂਡਾ ਉਲਟਾ ਹੈ ਤੇ ਕਦੀ ਨਹੀਂ ਭਰੇਗਾ। ਪਾਂਡਾ ਉਲਟਾ ਸਿੱਧਾ ਇਹ ਤੇ ਬੱਚੇ ਨੂੰ ਵੀ ਪਤਾ ਹੈ, ਪਰ ਸਾਡਾ ਹਿਰਦਾ ਸਿੱਧਾ ਉਲਟਾ ਪਤਾ ਕਿਵੇਂ ਲੱਗੇ? ਯਕੀਨ ਜਾਨਣਾ, ਜੇ ਹੈ ਸ਼ਰਧਾ ਤੇ ਪਾਂਡਾ ਸਿੱਧਾ, ਜੇ ਹੈ ਸ਼ੱਕ ਤੇ ਪਾਂਡਾ ਉਲਟਾ। ਸ਼ੱਕ ਐਸੀ ਬਿਮਾਰੀ ਹੈ, ਇਸ ਤੋਂ ਬਚੋ। ਪਤੀ ਪਤਨੀ 'ਚ ਸ਼ੱਕ ਆ ਜਾਏ ਗ੍ਰਸਤ ਨੂੰ ਖਤਰਾ, ਭਰਾ ਭਰਾ 'ਚ ਸ਼ੱਕ ਆ ਜਾਏ ਉਹ ਪਿਆਰ ਨਹੀਂ ਰਹਿਣਾ, ਸਿੱਖ ਗੁਰੂ 'ਚ ਸ਼ੱਕ ਆ ਜਾਏ ਉਹ ਸ਼ਰਧਾ ਨਹੀਂ ਰਹਿਣੀ, ਸਿੱਖੀ ਨਹੀਂ ਰਹਿਣੀ। ਚਰਨ ਫੜ ਲੈ, ਕਹਿਣ ਲੱਗੇ ਭੁੱਲ ਹੋ ਗਈ। ਹੁਣ ਵੇਖੋ ਡੇਢ ਘੜੀ ਔਰੰਗਜ਼ੇਬ ਖਲੋਤਾ ਰਿਹਾ, ਸ਼ਹਿਜ਼ਾਦਾ ਆਇਆ ਮੌਸਮ ਖੇਡਦਾ ਰਿਹਾ, ਬਹੁਤ ਸਾਰੀਆਂ ਚੀਜ਼ਾਂ, ਇੱਕ ਤਸਵੀ ਮਾਲਾ ਰੱਖ ਕੇ ਬਾਕੀ ਸਭ ਕੁਝ ਵਾਪਸ ਕਰ ਦਿੱਤਾ। ਅਖੀਰ ਜਦੋਂ ਉਹਨਾਂ ਕਿਹਾ ਸ਼ਬਦ ਮੈਂ ਤੇ ਸੁਣਨਾ ਤੇ ਸ਼ਬਦ ਜਿਹੜਾ ਲਿਖ ਕੇ ਭੇਜੇ ਆ ਮੈਂ ਤੁਹਾਨੂੰ ਸੁਣਾਇਆ ਸੀ। ਔਰੰਗਜ਼ੇਬ ਗੁਰਮਤ ਹੀ ਰਾਮ ਰਾਏ ਭੁਲੇਖੇ ਖਾ ਗਿਆ, ਪਰ ਮੇਰੇ ਕੋਲ ਉਹ ਤਮਾਸ਼ਾਗੀਰੀ ਬਾਜੀਗਰੀ ਨਹੀਂ। ਕਿਆ ਖਾਧੇ ਕਿਆ ਪੈਦੇ ਹੋ, ਬਹੁਤ ਚੰਗਾ ਖਾ ਲਿਆ ਜਾਂ ਪਹਿਨ ਲਿਆ, ਜੀਵਨ ਇਹ ਹੀ ਤੇ ਨਹੀਂ। ਜਾਂ ਮਨ ਨਾ ਹੀ ਸੱਚਾ ਸੋਏ, ਮਨ 'ਚੋਂ ਸੱਚਾ ਨਾ ਹੋਵੇ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ। ਤਰ੍ਹਾਂ ਤਰ੍ਹਾਂ ਦੇ ਮੇਵੇ ਖਾ ਲੈਣੇ, ਘਿਓ ਗੁੜ ਮਿੱਠਾ ਖਾ ਲੈਣਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾ ਲਈ ਕੀਚੇ ਭੋਗ ਬਿਲਾਸ, ਨਾਨਕ ਸੱਚੇ ਨਾਮ ਬਿਨ ਹੱਬੇ ਟੋਲ ਬਨਾਸ। ਅੰਤ 'ਚ ਦੋ ਕੁ ਮਿੰਟ ਰਹਿ ਗਏ ਤੇ ਜਿਹੜੀ ਜ਼ਰੂਰੀ ਗੱਲ ਮੈਂ ਕਰਨੀ ਚਾਹੁੰਦਾ, ਉਹ ਤੇ ਅਖੀਰ ਪੌਣੇ 8 ਸਾਲ ਦੀ ਉਮਰ ਕਮਾਲ ਹੈ, ਜਿਸ ਜਿੱਥੇ ਸਭ ਦੁੱਖ ਜਾ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਧਾਰੇ। ਗੁਰੂ ਅੰਗਦ ਦੇ ਬਾਰੇ ਵੀ ਕਿਹਾ ਸੀ ਕਿ ਰੋਗੀਆਂ ਦੀ ਲਾਈਨ ਲੱਗ ਜਾਂਦੀ ਸੀ ਤੇ ਨਿਤਨੇਮ ਕਰਕੇ ਬਾਹਰ ਨਿਕਲਦੇ ਸਨ ਤੇ ਜਿਸ ਜਿਸ ਨੂੰ ਵੇਖਦੇ ਸਨ ਉਹਦਾ ਰੋਗ ਮੁੱਕ ਜਾਂਦਾ ਸੀ, ਉਹ ਸਵਈਆ ਪੜ ਲੈਣਾ, ਅਮਰ ਦ੍ਰਿਸ਼ਟੀ ਨਾ ਹੋ।
ਅਮੈ ਦਿਸ਼ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧੇ ਅਰ ਲੋਹ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨੇ ਨਵ ਨਵ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵਿਐ ਐਨੇ ਸਹਿ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਇੱਕ ਦੁੱਖ ਹੀ ਨਹੀਂ ਮੈਂ ਸਮਝਦਾ ਤਿੰਨੇ ਤਾਪ ਹੀ ਮੁੱਕਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾ ਦੁੱਖ ਮੁਕਾਏ ਪਰ ਅਖੀਰ ਕਿਹਾ ਬਾਬਾ ਬੱਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ ਹੁਣ ਮੈਂ ਬੇਨਤੀ ਇਹ ਕਰਨ ਲੱਗਾ ਅੰਤ 'ਚ ਅੱਜ ਦੀ ਇਹ ਕਥਾ 'ਚੋਂ ਇਹ ਜ਼ਰੂਰ ਯਾਦ ਰੱਖ ਲਿਓ ਉਹ ਤੇ ਪੌਣੇ 8 ਸਾਲ ਦੀ ਉਮਰ 'ਚ ਹੀ ਕਬੂਲ ਹੋ ਗਏ ਗੁਰੂ ਦੇ ਪੁੱਤਰ ਬਣ ਕੇ ਕਬੂਲ ਨਾ ਹੋਏ ਗੁਰੂ ਬਣ ਕੇ ਕਬੂਲ ਹੋ ਗਏ ਕਿ ਉਸ ਕਸਵੱਟੀ ਤੇ ਟਿਕੇ ਜਿੱਥੇ ਪੂਰੇ ਟਿਕਦੇ ਨੇ ਝੂਠਾ ਨਹੀਂ ਟਿਕਦਾ ਰਾਮ ਰਾਏ ਨਹੀਂ ਟਿਕਿਆ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਉਹ ਤੇ ਪੌਣੇ 8 ਸਾਲ ਦੇ ਗੁਰੂ ਨਾਨਕ ਸਾਬਤ ਹੋਏ ਗੁਰੂ ਨਾਨਕ ਦੇਵ ਦੀ ਗੱਦੀ ਤੇ ਬੈਠ ਕੇ ਕਿਹਾ ਬਾਕੇ 2.5 ਸਾਲ ਵਿੱਚ ਉਹਨਾਂ ਇੰਨਾ ਕੰਮ ਕਰ ਦਿੱਤਾ ਸਿੱਖੀ ਦੀਆਂ ਜੜਾਂ ਪਤਾਲ 'ਚ ਜਾ ਲੱਗੀਆਂ ਕਹਿਣਾ ਮੈਂ ਹੁਣ ਇਹ ਚਾਹੁੰਦਾ ਕਿ ਜਿੰਨੇ ਬੈਠੇ ਹੋ ਉਹ ਗੁਰੂ ਤੇ ਸਾਡੇ ਪੌਣੇ 8 ਸਾਲ ਦੇ ਹੀ ਕਬੂਲ ਹੋ ਗਏ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਤੋਂ ਵੱਡੇ ਜ਼ੋਰਾਵਰ ਸਿੰਘ ਇੱਕ ਕਿਤਾਬ ਹੈ ਸਿਰਫ ਗੁਰਸ਼ੋਭਾ ਉਹਦੇ ਵਿੱਚ ਹਵਾਲਾ ਹੈ ਕਿ 4 ਸਾਲ ਦੀ ਉਮਰ ਵਿੱਚ ਉਹਨਾਂ ਅੰਮ੍ਰਿਤ ਪਾਨ ਕੀਤਾ ਮੈਂ ਪੰਕਤੀ ਸੁਣਾ ਦਿਆਂ ਦੇਖਣ ਦੇ ਕੀ ਪਹੁਲ ਤੇਜ ਬੜਾਇਆ ਜ਼ੋਰਾ ਅਕਬਰ ਕਰ ਸਿੰਘ ਹੁਕਮ ਵਰਤਾਇਆ ਭਾਈ ਪੌਣੇ 8 ਸਾਲ ਦੇ ਗੁਰੂ ਵੀ ਬਣ ਗਏ 4 ਸਾਲ ਦੇ ਨੇ ਅੰਮ੍ਰਿਤ ਪਾਨ ਪਰ ਅਸੀਂ ਕਿੱਥੇ ਕੁ ਖਲੋਤੇ ਹੋਏ ਹਾਂ ਬਸ ਇਹ ਬੇਨਤੀ ਕਰਨੀ ਸੀ ਅਰਦਾਸ ਨੂੰ ਧਿਆਨ ਨਾਲ ਵੇਖੋ ਦੱਸਾਂ ਗੁਰੂਆਂ ਤੱਕ ਹੈ ਤੇਗ ਬਹਾਦਰ ਸਿਮਰੇ ਕਰਨਾਉਣੇ ਦੇ ਆਵੇ ਤਾਂ ਸਭ ਥਾਈਓ ਸਹਾਇਤਾ ਮੰਗੀ ਫਿਰ ਦਸਵੇਂ ਪਾਤਸ਼ਾਹ ਸਭ ਥਾਈ ਹੋਏ ਸਹਾਇ ਫਿਰ ਅੱਗੇ ਧਿਆਨ ਦੀ ਗੱਲ ਆ ਗਈ ਕਿਉਂਕਿ ਪਾਠ ਤੁਸੀਂ ਕਰਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿ ਹੁਣ ਅੱਗੇ ਇੱਕ ਗੱਲ ਹੋਰ ਹੈ ਖਾਸ ਸਮਝਣ ਵਾਲੀ ਜਿੰਨੇ ਸ਼ਹੀਦ ਨੇ ਜਿਹਨਾਂ ਨਾਮ ਜਪਿਆ ਵੰਡ ਛਕਿਆ ਉਹਨਾਂ ਦੀ ਪੂਜਾ ਨਹੀਂ ਕਿਹਾ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੁਣ ਵੇਖਣਾ ਇਹ ਹੈ ਮੇਰੀ ਉਮਰ ਵੀ ਹੋ ਗਈ 74 ਸਾਲ ਦੀ ਤੁਹਾਡੀ ਕਿੰਨੀ ਕਿੰਨੀ ਹੈ ਸਾਰੇ ਵੇਖੋ ਉਹ ਤੇ ਪੌਣੇ 8 ਸਾਲ ਦੇ ਕਬੂਲ ਹੋ ਗਏ ਸਾਡਾ ਕੀ ਬਣਿਆ ਅੱਜ ਤੱਕ ਕੋਈ ਖੇਡ ਬਣੀ ਹੈ ਕਿ ਨਹੀਂ ਬਣੀ ਉਹ ਤੇ ਗੱਦੀ ਤੇ ਬੈਠੇ ਔਰ ਆਵਾਜ਼ਾਂ ਮਾਰ ਰਹੇ ਨੇ ਆ ਸਿੱਖਾ ਰੱਬ ਦੇ ਸਿੰਘਾਸਨ ਤੇ ਤੈਨੂੰ ਵੀ ਬਿਠਾਵਾਂ ਬਾਲਾ ਪ੍ਰੀਤਮ ਦੀ ਗੋਦ ਬੜੀ ਖੁੱਲੀ ਆ ਉਹ ਸਾਰੇ ਜਗਤ ਨੂੰ ਗੋਦੀ 'ਚ ਬਿਠਾ ਸਕਦੇ ਨੇ ਕਹਿੰਦੇ ਨੇ ਆ ਮੈਂ ਚਾਹੁੰਦਾ ਜੋ ਮਿਲਿਆ ਤੇਰੀ ਝੋਲੀ ਵਿੱਚ ਵੀ ਪਾਵਾਂ ਮੈਂ ਅਰਦਾਸ ਕਰਾਂ ਬਾਲਾ ਪ੍ਰੀਤਮ ਪਾਤਸ਼ਾਹ ਜਿੰਨੇ ਵੀ ਅੱਜ ਆਏ ਨੇ ਮਾਈ ਭਾਈ ਇਹ ਆਏ ਨੇ ਇਕੱਲੇ ਇਕੱਲੇ ਪਰ ਜਾਂਦਿਆਂ ਹਰ ਇੱਕ ਦੇ ਨਾਲ ਤੂੰ ਹੋਵੇਂ ਤੇਰੀ ਉਂਗਲ ਫੜ ਕੇ ਜਾਈਏ ਬਾਲਾ ਪ੍ਰੀਤਮ ਤੇ ਹਰ ਇੱਕ ਦੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੁੜਾਈ ਉਹ ਨਾਲ ਹੈ ਭਾਈ ਇਹ ਸਭ ਕੁਝ ਹੋਵੇਗਾ ਤਾਂ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਇਆ ਅੰਮ੍ਰਿਤ ਪਾਨ ਕਰੀਏ ਅੰਦਰ ਹੋਵੇ ਸ਼ਬਦ ਸਰੀਰ ਛੋਟੇ ਵੱਡੇ ਦੀ ਗੱਲ ਨਹੀਂ ਸ਼ਬਦ ਦੀ ਜੋਤ ਜਗਦੀ ਹੋਵੇ ਪਰ ਜਿੰਨਾ ਕੁ ਚਿਰ ਵੀ ਜਿਉਣਾ ਅੰਮ੍ਰਿਤ ਇਸ ਲਈ ਨਹੀਂ ਕਿ ਮੈਂ ਮਰਾਂ ਹੀ ਨਾ ਉਮਰ ਲੰਮੀ ਨਹੀਂ ਜਿੰਨੀ ਵੀ ਹੈ ਸਫਲ ਹੋ ਜਾਏ ਮੇਰੇ ਸਵਾਸ ਸਫਲ ਹੋ ਜਾਣ ਗੁਰੂ ਪਾਤਸ਼ਾਹ ਕਿਰਪਾ ਕਰ ਅੱਜ ਦਾ ਦਿਨ ਤੁਸੀਂ ਜਿਹੜਾ ਮਨਾ ਰਹੇ ਹੋ ਬੱਚਾ ਕੋਈ ਜਨਮਦਾ ਹੈ ਤੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਤੇਰੀਆਂ ਵਧਾਈਆਂ ਕਿਹਨੂੰ ਦਈਏ ਤੇਰੇ ਪੰਥ ਪਰਿਵਾਰ ਨੂੰ ਇਹ ਪੰਥ ਪਰਿਵਾਰ ਇਕੱਠਾ ਹੋਇਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਵਧਾਈ ਇੰਜ ਦੇ ਕੇ ਸਮਾਪਤ ਕਰਾਂ ਗੁਰਸਿੱਖਾਂ ਮਨ
ਵਧਾਈਆਂ ਜਿਨ ਮੇਰੇ ਸਤਿਗੁਰ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਬਾਲਾ ਪ੍ਰੀਤਮ ਨਿਸ਼ਕਾਮ ਸੇਵਕ ਜਥਾ ਇਹਨਾਂ ਨੂੰ ਸਤਿਗੁਰੂ ਬਲ ਬਖਸ਼ੇ ਗੁਰੂ ਉਹ ਦਿਲ ਬਖਸ਼ੇ ਗੁਰੂ ਸੇਵਾ ਪਰਉਪਕਾਰ ਦਾ ਜਜ਼ਬਾ ਬਖਸ਼ੇ ਤੁਸੀਂ ਜੋ ਸਹਿਯੋਗ ਦੇ ਰਹੇ ਹੋ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਿੱਖਪਨ ਦੇ ਮਹਾਨ ਕੀਰਤਨੀ ਹੈ ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀ ਹੈ ਭਾਈ ਓਂਕਾਰ ਸਿੰਘ ਹੋਰਾਂ ਤੁਹਾਡਾ ਸੰਦੇਸ਼ਾ ਮੇਰੇ ਤੱਕ ਪਹਿਲੇ ਪਹੁੰਚਾਇਆ ਵੀਰ ਇੱਥੇ ਸਾਰੇ ਮੇਰੇ ਜੋ ਪਿਆਰ ਆਪਣੇ ਬਖਸ਼ਿਆ ਸੰਗਤਾਂ ਤੁਹਾਡਾ ਲੱਖ ਲੱਖ ਸ਼ੁਕਰਾਨਾ ਮੈਂ ਗੁਰਦੁਆਰਾ ਬੰਗਲਾ ਸਾਹਿਬ ਤੇ ਆਮ ਸੰਗਤਾਂ ਦੇ ਸਨਮੁਖ ਟੀਵੀ ਤੋਂ ਹੁੰਦਾ ਰਹਿਣਾ ਜਾਂ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਪਰ ਇਸ ਸਥਾਨ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਹਾਜ਼ਰੀ ਪ੍ਰਵਾਨ ਕਰਨੀ ਫੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ।